ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਇੱਕ ਵਾਰ ਫਿਰ ਤੋਂ ਪੱਗਦਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤਪਨ ਸਾਹਿਬ ਨੇ ਐਲਾਨ ਕੀਤਾ ਹੈ ਜ਼ਿਲ੍ਹੇ ਦੇ ਵਕਫ ਵਕ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਵੀ ਜਾਰੀ ਕੀਤਾ ਕਿ ਜਿੱਥੇ-ਜਿੱਥੇ ਵੀ ਮਾਈਨਿੰਗ ਹੁੰਦੀ ਹੈ ਜੇਕਰ ਕੋਈ ਵਿੱਚ ਅੜਿੱਕਾ ਬਣਦਾ ਤਾਂ ਸਿੱਧਾ ਸੰਪਰਕ ਕਰੋ ਇਹ ਗੱਲ ਕਿੰਨੀ ਕਾਰਗਰ ਸਾਬਤ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਚਰਚਾ ਇੱਥੇ ਜ਼ਰੂਰ ਕਰਾਂਗੇ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਸਿਆਸਤਦਾਨਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇ ਗੱਲਬਾਤ ਉਹਨਾਂ ਏਜੰਟਾਂ ਦੀ ਵੀ ਕਰਨੀ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਾਲ ਵਿਛਾਇਆ ਹੋਇਆ ਹੈ ਕੁਝਕ ਏਜੰਟ ਉਹ ਨੇ ਜਿਹੜੇ ਗੈਰਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ ਕੁਝਕ ਕਰਦੇ ਵਧੀਆ ਤਰੀਕੇ ਨਾਲ ਕੰਮ ਨਾਮ ਵੀ ਉਹਨਾਂ ਦਾ ਹੈਗਾ ਪਰ ਇੱਕ ਹਿੱਸਾ ਵੱਡੇ ਪੱਧਰ ਤੇ ਉਹ ਵੀ ਹੈ ਜਿਨ੍ਹਾਂ ਦੇ ਕਰਕੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਕਿਤੇ ਨਾ ਕਿਤੇ ਨੁਕਸਾਨ ਚੱਲਣਾ ਪੈ ਰਿਹਾ ਤੇ ਇਹਨਾਂ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਹਰਿਆਣਾ ਨੇ ਤਿਆਰੀ ਕਰ ਲਈਏ ਪੰਜਾਬ ਕਿੱਥੇ ਖੜਾ ਗੱਲ ਲਿੱਦੀ ਵੀ ਕਰਾਂਗੇ ਗੱਲਬਾਤ ਝਾਰਖੰਡ ਦੀ ਵੀ ਕਰਨੀ ਹੈ ਉੱਥੋਂ ਦੇ ਮੁੱਖ ਮੰਤਰੀ ਨਵੇਂ ਚੁਣੇ ਗਏ ਨੇ ਹੈ ਤਾਂ ਉਹ ਵੀ ਹੁਣ ਸੁਰੇਨ ਸਾਹਿਬ ਪਰ ਮਸਲਾ ਇਹ ਹੈ ਕਿ ਸਰਕਾਰ ਕਿੰਨੇ ਦਿਨ ਬਣੀ ਰਹਿ ਸਕਦੀ ਹੈ ਕਿਉਂਕਿ ਬਗਾਵਤ ਦੇ ਸੁਰ ਹੁਣੇ ਦਖਾਈ ਦੇਣ ਲੱਗ ਪਏ ਨੇ ਗੱਲ ਕਾਂਗਰਸ ਦੀਆਂ ਮੀਟਿੰਗਾਂ ਦੀ ਵੀ ਕਰਨੀ ਹੈ ਕਿਉਂਕਿ ਹਰ ਰੋਜ਼ ਮੀਟਿੰਗਾਂ ਦਾ سلسلہ ਚੱਲਦਾ ਪਿਆ ਆਉਂਦੇ ਦਿਨਾਂ ਨੂੰ ਮਲਕਾਰਜਨ ਖੜਗੇ ਵੀ ਪੰਜਾਬ ਆਉਣਗੇ ਇੱਕ ਹਿਸਾਬ ਦੇ ਨਾਲ ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਸ਼ੁਰੂ ਹੋਣਾ ਹੈ ਕਾਂਗਰਸ ਪਾਰਟੀ ਦਾ ਪ੍ਰਚਾਰ ਤਾਂ ਹੁਣ ਵੀ ਚੱਲ ਰਿਹਾ ਹੈ ਪਰ ਵੱਡੇ ਪੱਧਰ ਤੇ ਹੋ ਜਾਣਾ ਅਧਿਕਾਰਿਕ ਤੌਰ ਤੇ ਹੋ ਜਾਣਾ ਕਿਉਂਕਿ ਹੁਣ ਤਾਂ ਵੋਟਰਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਰੁੱਸੇ ਹੋਏ ਸਿਆਸੀ ਲੀਡਰਾਂ ਨੂੰ ਨਾਲ ਜੋੜਨ ਦੀ ਇਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਦੇ ਹਾਂ ਪਰ ਸ਼ੁਰੂਆਤ ਮੌਸਮ ਤੋਂ ਕਰਨੀ ਹੈ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ ਵਕਫਕ ਸੂਬਿਆਂ ਦੇ ਵਿੱਚ ਕੱਲ ਦੇਰ ਸ਼ਾਮ ਪਏ ਭਾਰੀ ਮੀਂਹ ਨੇ ਬਹੁਤ ਸਾਰੇ ਜਿਹੜੀ ਧੁੰਦ ਸੀ ਜਾਂ ਗਹਿਰ ਜਹੀ ਸੀ ਉਹ ਖਤਮ ਕਰ ਦਿੱਤੀ ਹੈ ਅੱਜ ਖਿੜੀ ਧੁੱਪ ਨਿਕਲੀ ਜਿਹਦੇ ਕਰਕੇ ਕਈਆਂ ਦੇ ਚਿਹਰੇ ਵੀ ਖਿੜੇ ਦਿਖਾਈ ਦਿੱਤੇ ਪਰ ਇਹਨਾਂ ਜ਼ਰੂਰ ਹੈ ਕਿ ਆਉਂਦੇ ਦਿਨਾਂ ਨੂੰ ਥੋੜਾ ਜਿਹਾ ਖਿਆਲ ਇਸ ਕਰਕੇ ਰੱਖਣ ਦੀ ਜ਼ਰੂਰਤ ਹੈ ਕਿ ਹਿਮਾਚਲ ਪ੍ਰਦੇਸ਼ ਸ਼ਿਮਲੇ ਦੇ ਵਿੱਚ ਬਰਫ ਪਈ ਹੈ ਤੇ ਉਹਦੇ ਕਰਕੇ ਠੰਡੀਆਂ ਹਵਾਵਾਂ ਥੋੜੀਆਂ ਜੀਆਂ ਚੱਲ ਸਕਦੀਆਂ ਨੇ ਵੈਸੇ ਮੌਸਮ ਵਿਭਾਗ ਨੇ ਤੇ ਇਹ ਵੀ ਕਿਹਾ ਕਿ ਦੋ ਦਿਨ ਐਤਵਾਰ ਤੇ ਸੋਮਵਾਰ ਪੰਜਾਬ ਦੇ ਕੁਝ ਜਿਲ੍ਹਿਆਂ 'ਚ ਮੀਂਹ ਪੈ ਸਕਦਾ ਹਰਿਆਣੇ ਤੇ ਪੰਜਾਬ ਦੇ 17 ਜਿਲ੍ਹਿਆਂ 'ਚ ਜਿਹੜਾ ਇਹ ਮੀਂਹ ਪਿਆ ਇਹਦੇ ਕਰਕੇ ਕਣਕ ਲਈ ਵੀ ਇਹ ਵਧੀਆ ਮੰਨਿਆ ਜਾ ਰਿਹਾ ਹੈ ਪਰ ਥੋੜੀ ਜਹੀ ਠੰਡ ਤੋਂ ਹੁਣ ਰਾਹਤ ਮਿਲ ਗਈ ਹੈ ਆਉਂਦੇ ਦਿਨਾਂ ਨੂੰ ਮੌਸਮ ਸਾਫ਼ ਹੋਣਾ ਅੱਗੇ ਵੱਧਦੇ ਗੱਲ ਕਰਨੀ ਹੈ ਗੈਰ ਕਾਨੂੰਨੀ ਮਾਈਨਿੰਗ ਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਗੈਰ ਕਾਨੂੰਨੀ ਤੌਰ ਤੇ ਹੋ ਰਹੀ ਮਾਈਨਿੰਗ ਨੂੰ ਰੋਕਣ ਦੇ ਯਤਨ ਕੀਤੇ ਬਹੁਤ ਸਾਰੀਆਂ ਥਾਵਾਂ ਤੇ ਮਾਈਨਿੰਗ ਚੱਲਦੀ ਪਈ ਹੈ ਇਹ ਚ ਕੋਈ ਸ਼ੱਕ ਨਹੀਂ ਚਾਹੇ ਮੌਜੂਦਾ ਸਰਕਾਰ ਹੈ ਚਾਹੇ ਪਿਛਲੀਆਂ ਸਰਕਾਰਾਂ ਸੀ ਪਤਾ ਕਈਆਂ ਨੂੰ ਹੈ ਪਤਾ ਉਹਨਾਂ ਅਫਸਰਾਂ ਨੂੰ ਵੀ ਹੈ ਜਿਨ੍ਹਾਂ ਨੇ ਕਾਰਵਾਈ ਕਰਨੀ ਹੈ ਪਤਾ ਪ੍ਰਸ਼ਾਸਨ ਨੂੰ ਵੀ ਹੈ ਪਤਾ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਹੈ ਜਿਹੜੇ ਸਮੇਂ-ਸਮੇਂ ਤੇ ਆਵਾਜ਼ ਚੁੱਕਦੇ ਰਹੇ ਇਹ ਤਾਂ ਪੰਚਾਂ ਸਰਪੰਚਾਂ ਨੂੰ ਤਾਂ ਪਤਾ ਹੀ ਹੈ ਕਈ ਥਾਵਾਂ ਤੇ ਨਜਾਇਜ਼ ਤੌਰ ਤੇ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਨੂੰ ਰੋਕਣ ਦੇ ਯਤਨ ਕੀਤੇ ਕਿਸੇ ਵੇਲੇ ਇਦਾਂ ਵੀ ਹੋਇਆ ਕਿ ਜਦੋਂ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਚਾਹੀ ਤੇ ਉਹਨਾਂ ਤੇ ਹਮਲੇ ਹੋਏ ਚਾਹੇ ਪੰਜਾਬ ਹੈ ਹਰਿਆਣਾ ਆ ਬਿਹਾਰ ਆ ਉੱਤਰ ਪ੍ਰਦੇਸ਼ ਜਾਂ ਉੱਤਰਾਖੰਡ ਇਨ੍ਹਾਂ ਸੂਬਿਆਂ ਦੇ ਵਿੱਚ ਕਈ ਵਾਰ ਨਿਜ਼ਾਇਜ਼ ਮਾਈਨਿੰਗ ਨੂੰ ਰੋਕਣ ਲਈ ਜਦੋਂ ਪ੍ਰਸ਼ਾਸਨ ਉੱਥੇ ਟੀਮਾਂ ਦੇ ਸਮੇਤ ਪਹੁੰਚਦਾ ਤੇ ਉਹਨਾਂ ਤੇ ਹਮਲਾ ਹੋ ਜਾਂਦਾ ਆ ਪੰਜਾਬ ਦੇ ਵਿੱਚ ਵੀ ਬੰਗੇ ਚ ਇੱਕ ਪੱਤਰਕਾਰ ਨੂੰ ਕਤਲ ਕਰ ਦਿੱਤਾ ਗਿਆ ਸੀ ਇੱਕ ਪੱਤਰਕਾਰ ਪਠਾਨਕੋਟ ਦੇ ਵਿੱਚ ਕਤਲ ਕੀਤੇ ਗਏ ਸੀ ਇਸੇ ਸਬੱਤ ਨਾਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕਾਰ ਦੇ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਜੇ ਤੱਕ ਵੀ ਜ਼ਖਮੀ ਨੇ ਪਰ ਇਹਦਾ ਮਤਲਬ ਇਹ ਤਾਂ ਨਹੀਂਗਾ ਕਿ ਮਾਈਨਿੰਗ ਰੋਕੀ ਮਾਈਨਿੰਗ ਚੱਲਦੀ ਪਈ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਉਹਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਨਾਲ ਵਿਕਰਮ ਸਿੰਘ ਮਜੀਠੀਆ ਇਹਨਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਚ ਉਹ ਦਸੂਆ ਮਕੇਰੀਆਂ ਉਸ ਤੋਂ ਬਾਅਦ ਹਾਜੀਪੁਰ ਤਲਵਾੜਾ ਇਸ ਪਾਸੇ ਬਹੁਤ ਸਾਰੀਆਂ ਸਾਈਟਾਂ ਨੇ ਮਾਈਨਿੰਗ ਸਾਈਟ ਉੱਥੇ ਲਗਾਤਾਰ ਨਜਾਇਜ਼ ਮਾਈਨਿੰਗ ਹੋਈ ਸੀ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਵਿਕਰਮ ਸਿੰਘ ਮਜੀਠੀਆ ਨਾਲ ਸੁਖਬੀਰ ਸਿੰਘ ਬਾਦਲ ਹੋਰ ਵੀ ਕਈ ਲੀਡਰ ਉੱਥੇ ਪਹੁੰਚੇ ਉੱਥੇ ਤਾਂ ਇੰਨੇ ਹਾਲਾਤ ਖਰਾਬ ਸੀ ਕਿ 100 ਤੋਂ ਲੈ ਕੇ 1.5 150 ਫੁੱਟ ਤੱਕ ਡੁੰਗਾਈ ਹੋ ਚੁੱਕੀ ਹੈ ਲੋਕ ਰੋਂਦੇ ਕਰ ਲਾਉਂਦੇ ਨੇ ਉੱਥੇ ਬਹੁਤ ਸਾਰੇ ਲੋਕ ਕਹਿੰਦੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਦੋਸ਼ ਕਾਂਗਰਸ ਦੇ ਹੀ ਇੱਕ ਲੀਡਰ ਤੇ ਲੱਗਾ ਸੀ ਕਿ ਮਾਲਵੇ ਤੋਂ ਉਹ ਕਿੱਥੇ ਹਾਜੀਪੁਰ ਐ ਹੁਣ ਉਹ ਬਠਿੰਡੇ ਵਾਲੇ ਪਾਸੇ ਸੀ ਲੀਡਰ ਹੁਣ ਕਿੱਥੇ ਬਠਿੰਡਾ ਕਿੱਥੇ ਹਾਜੀਪੁਰ ਉੱਥੇ ਤੱਕ ਜਾਂਦਿਆਂ ਨੂੰ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਸੀ ਉਹਨਾਂ ਨੇ ਮਾਈਨਿੰਗ ਦੇ ਉੱਥੇ ਠੇਕੇ ਲਿਆ ਸੀ ਜਾਂ ਗੈਰਕਾਨੂੰਨੀ ਤੌਰ ਤੇ ਸਾਰਾ ਕੁਝ ਹੋ ਰਿਆ ਸੀ ਇਹ ਜਾਂਚ ਦਾ ਵਿਸ਼ਾ ਪਰ ਕਦੀ ਜਾਂਚ ਹੀ ਨਹੀਂ ਹੋਈ ਜਦੋਂ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਉੱਥੇ ਰੇਡ ਮਾਰ ਰਹੇ ਸੀ ਉੱਥੇ ਕੋਈ ਹੈ ਹੀ ਨਹੀਂ ਪਰ ਉਹਨਾਂ ਥਾਵਾਂ ਤੇ ਜਾ ਕੇ ਸਪੋਰਟ ਤੇ ਜਾ ਕੇ ਇਹਨਾਂ ਨੇ ਦਿਖਾਇਆ ਆ ਦੇਖੋ ਕੀ ਹੋ ਰਿਹਾ ਆਵਾਜ਼ ਉੱਠੀ ਪਰ ਕਾਰਵਾਈ ਕਿੰਨੀ ਹੋਈ ਹੈ ਆਵਾਜ਼ ਉਦੋਂ ਵੀ ਉੱਠੀ ਜਦੋਂ ਬੀਐਸਐਫ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਖਤੀ ਰੂਪ ਚ ਦਿੱਤਾ ਕਿ ਸਾਨੂੰ ਪਰੇਸ਼ਾਨੀ ਆਉਂਦੀ ਹੈ ਆਵਾਜ਼ਾਂ ਇੰਨੀਆਂ ਕਉਂਦੀਆਂ ਨੇ ਇਹ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਦੁਸ਼ਮਣ ਆ ਤੇ ਕਿਹੜੇ ਵੇਲੇ ਉੱਥੇ ਕੋਈ ਬੰਦਾ ਆ ਰਿਹਾ ਉਸ ਤੋਂ ਵੱਡੀ ਗੱਲ ਉਹਨੇ ਕਿਹਾ ਸੀ ਕਿ ਸਾਡੀਆਂ ਗੱਡੀਆਂ ਨੂੰ ਲਿਜਾਣ ਲਈ ਸਮੱਸਿਆ ਖੜੀ ਹੋ ਰਹੀ ਹੈ ਇਸ ਕਰਕੇ ਨਜਾਇਜ਼ ਮਾਈਨਿੰਗ ਦਾ ਕੰਮ ਰੁਕਣਾ ਚਾਹੀਦਾ ਇਹ ਸਾਰਾ ਕੁਝ ਚੱਲਦਾ ਪਿਆ ਸੀ ਸਿੱਖਰਾਂਵਾਲ ਚੱਲਦਾ ਪਿਆ ਸੀ ਪਰ ਅਜੇ ਤੱਕ ਇਹ ਕੰਮ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ ਪਰ ਹੁਣ ਕਹਿੰਦੇ ਆ ਕਿ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਆ ਸੂਬੇ ਦੇ ਵਿੱਚ ਕਿ ਜਿੱਥੇ-ਜਿੱਥੇ ਵੀ ਮਾਈਨਿੰਗ ਹੋ ਰਹੀ ਹੈ ਕਾਰਵਾਈ ਕੀਤੀ ਜਾਵੇ ਕਾਰਵਾਈ ਸਖਤ ਕੀਤੀ ਜਾਵੇ ਵੈਸੇ ਵੀ ਸਰਕਾਰ ਕਹਿ ਰਹੀ ਹੈ ਕਿ ਮਿਨਰਲ ਮਾਈਨਿੰਗ ਨੀਤੀ 2023 ਦੇ ਤਹਿਤ ਪੰਜਾਬ ਸਰਕਾਰ ਵਕਫ ਵਕਫਾ ਤੇ ਇਲੈਕਟ੍ਰੋਨਿਕ ਨਿਗਰਾਨੀ ਅਤੇ ਜ਼ੀਓ ਟੈਗਿੰਗ ਕਰਵਾਉਣ ਜਾਰੀ ਹੈ ਇਹ ਮਿਸ਼ਨ ਤਾਂ ਇਹਨਾਂ ਰੱਖਿਆ ਸੀਗਾ ਪਰ ਪੂਰਾ ਨਹੀਂ ਹੋਇਆ ਅਜੇ ਤੱਕ ਵੀ ਪੂਰਾ ਨਹੀਂ ਹੋਇਆ ਕਿਉਂਕਿ ਇਹ ਜਿਹੜੀ ਰਿਪੋਰਟ ਵੀ ਇੱਕ ਸਾਹਮਣੇ ਆਈ ਹੈ ਕੰਟਰੋਲਰ ਅਤੇ ਆਡੀਟਰ ਜਨਰਲ ਦੀ ਉਹਨਾਂ ਨੇ ਵੀ ਆਪਣੀ ਸਾਲਾਨਾ ਸਮੀਖਿਆ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਜੇ ਤੱਕ ਜਿਹੜੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸੀ ਜਾਂ ਹੁਕਮ ਦਿੱਤੇ ਗਏ ਸੀ ਅਜੇ ਪੂਰੀ ਤਰ੍ਹਾਂ ਪਾਲਣਾ ਉਹਦੀ ਨਹੀਂ ਹੋ ਸਕੀ ਸਰਕਾਰ ਕਹਿ ਰਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਕਾਰੇ ਵੀ ਕਹਿ ਰਹੀ ਹੈ ਕੀ ਲੋਕਾਂ ਨੂੰ ਰੇਤਾ ਤੇ ਬਜਰੀ ਬਜਰੀ ਜਿਹੜੀ ਹੈ ਵਾਜਬ ਮੁੱਲ ਤੇ ਮਿਲੇ ਇਸ ਕਰਕੇ ਰੇਟਾਂ ਦਾ ਅਸੀਂ ਬਹੁਤ ਜ਼ਿਆਦਾ ਖਿਆਲ ਰੱਖ ਰਹੇ ਹਾਂ ਨਾਲ ਦੀ ਨਾਲ ਖਨਨ ਤੋਂ ਸਰਕਾਰ ਦੀ ਆਮਦਨ ਕਹਿੰਦੇ ਐ ਕਿ 225 ਕਰੋੜ ਤੋਂ ਵੱਧ ਕੇ 247 ਕਰੋੜ ਰੁਪਏ ਹੋ ਚੁੱਕੀ ਹੈ ਪਿਛਲੇ ਸਮੇਂ ਦੇ ਦੌਰਾਨ ਕਾਂਗਰਸ ਦੇ ਕੁਝ ਲੀਡਰ ਬਾਰ-ਬਾਰ ਦੁਹਾਈ ਪਾ ਰਹੇ ਸੀ ਕਿ ਜੇਕਰ ਸੂਬੇ ਦੇ ਵਿੱਚ ਆਮਦਨ ਵਧਾਉਣੀ ਹੈ ਤਾਂ ਮਾਈਨਿੰਗ ਜਿਹੜੀ ਹੋ ਰਹੀ ਹੈ ਉਹਨੂੰ ਰੋਕਣਾ ਬਹੁਤ ਜੁੜਿਆ ਗੈਰਕਾਨੂੰਨੀ ਤੌਰ ਤੇ ਖਾਸ ਤੌਰ ਤੇ ਸਤਲੁਜ ਦਰਿਆ ਦੇ ਨਾਲ ਲੱਗਦਾ ਇਲਾਕਾ ਮੱਤੇਵਾਲਾ ਦੇ ਉਹ ਜੰਗਲ ਜਿੱਥੇ ਫੈਕਟਰੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਉਥੋਂ ਸਾਫ਼ ਦਿਖਾਈ ਦਿੰਦਾ ਸੀ ਕਿ ਉਹ ਮਾਈਨਿੰਗ ਹੋ ਰਹੀ ਹੈ ਅੱਜ ਤੱਕ ਕਿੰਨੇ ਕਿੰਨੇ ਰੁਕਣ ਦਾ ਯਤਨ ਕੀਤਾ ਉਸ ਤੋਂ ਬਾਅਦ ਬਿਆਸਤ ਦਰਿਆ ਦੇ ਕੰਢਿਆਂ ਤੇ ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਿਆਸਤਦਾਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀਆਂ ਸੁਖਪਾਲ ਸਿੰਘ ਖੈਰਾ ਨੇ ਵੀਡੀਓ ਸ਼ੇਅਰ ਕੀਤੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਵਿਕਰਮ ਸਿੰਘ ਮਜੀਠੀਆ ਨੇ ਕੀਤੀ ਉਸ ਤੋਂ ਇਲਾਵਾ ਹੋਰ ਵੀ ਕਈ ਲੀਡਰ ਨੇ ਪਰ ਕੀ ਕੰਮ ਰੁਕ ਗਿਆ ਅਜੇ ਵੀ ਚੱਲਦਾ ਪਿਆ ਤਰਨਤਨ ਸਾਹ ਵਾਲੇ ਪਾਸੇ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਇੱਕ ਵਿਧਾਇਕ ਦੇ ਉੱਪਰ ਵੀ ਦੋਸ਼ ਬਹੁਤ ਸਾਰੇ ਲੱਗੇ ਚਲੋ ਕਾਰਵਾਈ ਵੀ ਹੋਈ ਉਸ ਮਾਮਲੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਵੀ ਕਾਰਵਾਈ ਕਹਿੰਦੇ ਹੋ ਗਈ ਉਲਟਾ ਹੋ ਗਿਆ ਕੰਮ ਪੰਜਾਬ ਹੀ ਉਹ ਸੂਬਾ ਜਿੱਥੇ ਇੱਕ ਪੁਲਿਸ ਨੇ ਕੇਸ ਦਰਜ ਕੀਤਾ ਸੀ ਰੇੜੇ ਤੇ ਕਹਿੰਦੇ ਰੇਤਾ ਲੈ ਕੇ ਜਾ ਰਹੇ ਆ ਕਿੰਨੇ ਕਿਲੋ ਸ਼ਾਇਦ 5 ਕਿਲੋ ਹੋਏਗੀ 10 ਹੋ ਜੂਗੀ 20 ਹੋ ਜੂਗੀ ਇੱਕ ਬੋਰਾ ਹੋ ਜੂਗਾ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਰਦੇ ਨੇ ਕਿ ਵੱਖ-ਵੱਖ ਜ਼ਿਲ੍ਹਿਆਂ 'ਚੋਂ ਜਦੋਂ ਟਰਾਲੇ ਟਰੱਕ ਪਰ ਪਰ ਕਿਉਂਦੇ ਟਿਪਰ ਪਰ ਪਰ ਕਿਉਂਦੇ ਆ 20000 ਦੇ ਕਰੀਬ ਟਿਪਰ ਉਹਨਾਂ ਨੇ ਦੱਸਿਆ ਕਿ ਇਧਰੋਂ ਉਧਰੋਂ ਉਧਰੋਂ ਉਧਰ ਹੋ ਜਾਂਦਾ ਕਿਸੇ ਨੂੰ ਦਿਖਾਈ ਨਹੀਂ ਦਿੰਦੇ ਪੇ ਸਵੇਰੇ ਸਵੇਰੇ ਸੜਕਾਂ ਤੇ ਜੇਕਰ ਜੀਟੀ ਰੋਡ ਤੇ ਕੋਈ ਤੁਰਦਾ ਸਿਆਰ ਕਰਦਾ ਤੇ ਬੰਦਾ ਆਪ ਹੀ ਦੱਸ ਦੂਗਾ ਕਿੰਨੇ ਕੀ ਟਿਪਰ ਲੰਘਦੇ ਆ ਰੌਲਾ ਉਦੋਂ ਵੀ ਪੈਂਦਾ ਸੀ ਜਦੋਂ ਪਠਾਨਕੋਟ ਵਾਲੇ ਪਾਸਿਓਂ ਕੁਝ ਟਿਪਰ ਚੰਡੀਗੜ੍ਹ ਤੱਕ ਜਾਂਦੇ ਸੀ ਤੇ ਕਿਹਾ ਜਾਂਦਾ ਕਿਹਾ ਜਾਂਦਾ ਪਤਾ ਨਹੀਂ ਕਿੰਨਾ ਸਹੀ ਹੈ ਇਹ ਜਾਂਚਦਾ ਵੀ ਛਾ ਕਹਿੰਦੇ ਕਿ ਕੋਸ਼ਕ ਪੁਲਿਸ ਵਾਲੀਆਂ ਗੱਡੀਆਂ ਵੀ ਅੱਗੇ-ਅੱਗੇ ਹੁੰਦੀਆਂ ਸੀ ਕਿਉਂ ਹੁੰਦੀਆਂ ਸੀਗੀਆਂ ਕੀ ਕਿਸੇ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਜਾਂ ਫਿਰ ਕੋਈ ਫਾਇਡਾ ਲਵੇ ਜੇਕਰ ਇਹ ਗੱਲ ਵਾਕਈ ਸਹੀ ਹੈ ਸਮੇਂ-ਸਮੇਂ ਤੇ ਉੱઠી ਹੈ ਤਾਂ ਕਿਸੇ ਨੇ ਜਾਂਚ ਕਰਾਉਣ ਦੀ ਗੱਲ ਕਿਉਂ ਨਹੀਂ ਕੀਤੀ ਜੇਕਰ ਇਹ ਝੂਠ ਹੈ ਤਾਂ ਫਿਰ ਜਿਹੜੇ ਲੋਕ ਇਹ ਗੱਲਾਂ ਕਰਦੇ ਤੁਸੀਂ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਕੁਝ ਤਾਂ ਸੱਚ ਹੋਣਾ ਪਰ ਜੇਕਰ ਨਜਾਇਜ਼ ਮਾਈਨਿੰਗ ਹੋ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਅਸੀਂ ਖਤਮ ਕਰਾਂਗੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਉਂਦੇ ਦਿਨਾਂ ਨੂੰ ਸਖਤ ਕਾਰਵਾਈ ਕਰਾਂਗੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਵੱਖ-ਵੱਖ ਥਿਲਿਆਂ ਦੇ ਕਿ ਤੁਸੀਂ ਇਹ ਸਾਰਾ ਕੁਝ ਦੇਖੋ ਤੇ ਪ੍ਰਮੁਖਤਾ ਦੇ ਨਾਲ ਅੱਗੇ ਹੋ ਕੇ ਕੰਮ ਕਰੋ ਜੇਕਰ ਵਿੱਚ ਕੋਈ ਅੜਿੱਕਾ ਬਣਦਾ ਹੈ ਜੇਕਰ ਕੋਈ ਵਿੱਚ ਵਿਚੋਲਾ ਬਣਦਾ ਤੁਸੀਂ ਚਿੰਤਾ ਨਾ ਕਰੋ ਜੀ ਆ ਮੇਰਾ ਵਿਧਾਇਕ ਆ ਮੈਂ ਬੋਲਦਾ ਹਲਕੇ ਦਾ ਆਪਣੇ ਬੰਦਾ ਛੱਡ ਦਿਓ ਸਿੱਧਾ ਸੰਪਰਕ ਕਹਿੰਦੇ ਮੇਰੇ ਨਾਲ ਕਰੋ ਜੇਕਰ ਇਸ ਤਰ੍ਹਾਂ ਕੰਮ ਵਾਕਈ ਹੋਣ ਲੱਪਿਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਦੌਰਾਨ ਨਜਾਇਜ਼ ਮਾਈਨਿੰਗ ਦੇ ਮੁੱਦੇ ਨੂੰ ਥੋੜੀ ਜਿਹੀ ਠੱਲ ਪੈ ਜਵੇ ਪਰ ਜੇਕਰ ਮੁੱਦਾ ਹੱਲ ਹੋਇਆ ਤਾਂ ਨਹੀਂ ਤਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਮੇਂ-ਸਮੇਂ ਤੇ ਬਹੁਤ ਸਾਰੇ ਲੀਡਰਾਂ ਨੇ ਕੋਸ਼ਿਸ਼ ਕੀਤੀ ਹੈ ਉਹ ਸਿਰਫ ਤੇ ਸਿਰਫ ਖਬਰਾਂ ਹੁੰਦੀਆਂ ਨੇ ਅਖਬਾਰ ਦੀਆਂ ਸੁਰਖੀਆਂ ਬਣ ਜਾਂਦੀਆਂ ਨੇ ਉਸ ਤੋਂ ਇਲਾਵਾ ਕੁਝ ਨਹੀਂ ਕੈਪਟਨ ਅਮਰਿੰਦਰ ਸਿੰਘ ਹੂਰਾ ਨੇ ਜਦੋਂ ਕਾਰਵਾਈ ਕਰਨ ਲਈ ਕਿਹਾ ਸੀ ਤਾਂ ਹੈਲੀਕਾਪਟਰ ਦੇ ਵਿੱਚ ਬਹਿ ਕੇ ਸਤਲੁਜ ਦਰਿਆ ਦੇ ਪਰਲੇ ਪਾਸਿਓਂ ਦੀ ਲੰਘਦੇ ਸਾਰ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਆ ਦੇਖੋ ਜੀ ਮਾਈਨਿੰਗ ਹੋ ਰਹੀ ਐ ਇੱਥੇ ਕਾਰਵਾਈ ਕਰੋ 5 7 10 12 15 ਇੰਨੇ ਕ ਦਿਨ ਕਾਰਵਾਈ ਹੋ ਉਸ ਤੋਂ ਬਾਅਦ ਕਿਉਂ ਕੰਮ ਠਿੱਲਾ ਪੈਂਦਾ ਜੇਕਰ ਇਸ ਵੇਲੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਚੰਗੀ ਗੱਲ ਹੈ ਆਉਂਦੇ ਸਮੇਂ ਨੂੰ ਦੇਖਦੇ ਆ ਕਿਦਦਰ ਨੂੰ ਗੱਲ ਜਾਂਦੀ ਹੈ ਪਰ ਇੰਨਾ ਜ਼ਰੂਰ ਹੈ ਸਮੇਂ-ਸਮੇਂ ਤੇ ਲੀਡਰਾਂ ਨੇ ਸਵਾਲ ਖੜੇ ਕੀਤੇ ਨੇ ਉਸ ਤੋਂ ਵੱਡੀ ਗੱਲ ਹੈ ਕਈ ਆਰਥਿਕ ਮਾਹਰਾਂ ਨੇ ਕਿਹਾ ਕਿ ਜੇਕਰ ਤੁਸੀਂ ਨਜਾਇਜ਼ ਮਾਈਨਿੰਗ ਤੋਂ ਹੋਣ ਵਾਲੀ ਕਮਾਈ ਨੂੰ ਖਜ਼ਾਨੇ ਵਿੱਚ ਲਿਆਓ ਤਾਂ 20000 ਕਰੋੜ ਰੁਪਏ ਦਾ ਸਿੱਧਾ ਫਾਇਦਾ ਹੋ ਸਕਦਾ ਵਕਰੀ ਗੱਲ ਹੈ ਕਿ ਇਸ ਵੇਲੇ ਕੁਸ਼ਕ ਸਿਆਸਤਦਾਨ ਇਧਰ ਕੰਮ ਕਰਨਾ ਨਹੀਂ ਚਾਹੁੰਦੇ ਪਰ ਪੰਜਾਬ ਸਰਕਾਰ ਜੇਕਰ ਕਹਿੰਦੀ ਹੈ ਕਿ ਅਸੀਂ ਕਰਾਂਗੇ ਤਾਂ ਚੰਗੀ ਗੱਲ ਹੈ ਜੇਕਰ ਆਮਦਨ 247 ਕਰੋੜ ਰੁਪਏ ਹੋਈ ਹੈ ਤੇ ਇਹਨਾਂ ਨੇ ਹੀ ਪਹਿਲਾਂ ਵੋਟਾਂ ਚਾਉਣ ਤੋਂ ਵੋਟਾਂ ਪੈਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਭਾਈ 20000 ਕਰੋੜ ਰੁਪਏ ਖਜ਼ਾਨੇ ਚ ਪਾ ਕੇ ਦਿਖਾਵਾਂਗੇ ਤੇ ਹੁਣ ਲੋਕ ਕਹਿੰਦੇ ਆ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਜਿਹੜੇ ਇਹ ਦਾਅਵਾ ਕੀਤਾ ਵਾਅਦਾ ਕੀਤਾ ਨਾਲ ਡਿਪਟੀ ਕਮਿਸ਼ਨਰ ਹੁਕਮ ਜਾਰੀ ਕੀਤੇ ਆ ਚੰਗੀ ਗੱਲ ਹੈ ਅੱਗੇ ਵੱਧਦੇ ਆ ਗੱਲ ਕਰਨੀਆਂ ਟਰੈਵਲ ਏਜੰਟਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪੱਨ ਸਾਹਿਬ ਨੇ ਕੱਲ ਟਰੈਵਲ ਏਜੰਟਾਂ ਦੇ ਬਾਰੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਜਿਹੜੇ ਰਜਿਸਟਰ ਨਹੀਂ ਗਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਹੈ ਕਾਰਵਾਈ ਹੋਣੀ ਵੀ ਚਾਹੀਦੀ ਹੈ ਪਰ ਇਹ ਬਿਆਨ ਉਸ ਵੇਲੇ ਆਇਆ ਜਦੋਂ ਭਾਨਾ ਸਿੱਧੂ ਜੇਲ੍ਹ ਦੇ ਵਿੱਚ ਹੈ ਤੇ ਇਸ ਵੇਲੇ ਭਾਨੇ ਸਿੱਧੂ ਦਾ ਮਸਲਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਚ ਕੋਈ ਸ਼ੱਕ ਨਹੀਂ ਕਿ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਭਾਨੇ ਸਿੱਧੂ ਨੂੰ ਜ਼ਮਾਨਤ ਮਿਲਦੀ ਹੈ ਉਸ ਤੋਂ ਬਾਅਦ ਇੱਕ ਹੋਰ ਕੇਸ ਦਰਜ ਹੁੰਦਾ ਹੈ ਫਿਰ ਇਮੀਗ੍ਰੇਸ਼ਨ ਏਜੰਸੀ ਦੇ ਵਿੱਚੋਂ ਹੀ ਇੱਕ ਹੋਰ ਕੇਸ ਦਰਜ ਹੁੰਦਾ ਫਿਰ ਤੀਸਰਾ ਕੇਸ ਇੱਕ ਇਮੀਗ੍ਰੇਸ਼ਨ ਦੇ ਵਿੱਚੋਂ ਹੀ ਦਰਜ ਹੁੰਦਾ ਇੱਕ ਹੋਰ ਚੌਥਾ ਕੇਸ ਹੋ ਗਿਆ ਹੁਣ ਕੋਈ ਕਹਿ ਰਿਹਾ ਧੱਕਾ ਕੀਤਾ ਜਾ ਰਿਹਾ ਕੋਈ ਕਹਿ ਰਿਹਾ ਜੀ ਇਹ ਤਾਂ ਵੋਟਾਂ ਨੇ ਵੋਟਾਂ ਤੋਂ ਪਹਿਲਾਂ ਜਾਣਬੁੱਝ ਕੇ ਖਲਾਰਾ ਪਾਇਆ ਜਾ ਰਿਹਾ ਹੈ ਤਾਂ ਕਿ ਲੋਕ ਆਪਸ ਵਿੱਚ ਲੜਪਣ ਤਾਂ ਕਿ ਇੱਕ ਨਵਾਂ ਫਰੰਟ ਵਿੱਚੋਂ ਨਿਕਲ ਜਵੇ ਕਿਉਂਕਿ ਚਰਚਾ ਚੱਲਦੀ ਪਈ ਹੈ ਕਿ ਉੱਥੋਂ ਇੱਕ ਨਵਾਂ ਫਰੰਟ ਨਿਕਲ ਸਕਦਾ ਹੈ ਹੋ ਸਕਦਾ ਹੈ ਕਿ ਕਿਸੇ ਇਹਨਾਂ ਦੇ ਵਿੱਚੋਂ ਹੀ ਇੱਕ ਨੂੰ ਬਠਿੰਡੇ ਤੋਂ ਲੋਕ ਸਭਾ ਦੀ ਚੋਣ ਲੜਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਦੂਸਰੇ ਪਾਸੇ ਕੋਸ਼ਿਸ਼ ਹੋਰ ਲੋਕ ਵੀ ਸਰਗਰਮ ਹੋ ਰਹੇ ਨੇ ਉਹ ਵੀ ਕਹਿੰਦੇ ਸੰਗਰੂਰ ਵਾਲੇ ਪਾਸੇ ਉਹ ਸਰਗਰਮ ਹੋ ਰਹੇ ਨੇ ਹਰ ਰੋਜ਼ ਟਰੈਲੀਆਂ ਟਰੈਕਟਰਾਂ ਦੇ ਉੱਪਰ ਮੋਟਰਸਾਈਕਲਾਂ ਤੇ ਪਿੰਡਾਂ ਦੇ ਵਿੱਚ ਸੱਥ ਲੱਗਦੀ ਪਈ ਹੈ ਸਮੱਸਿਆਵਾਂ ਸੁਣੀਆਂ ਜਾਂਦੀਆਂ ਨੇ ਜੇਕਰ ਇਹ ਲੋਕ ਸਭਾ ਦੀ ਚੋਣ ਕਰਕੇ ਹੀ ਹੋ ਰਿਹਾ ਤੇ ਇੱਕ ਇਧਰ ਨੂੰ ਵੀ ਇਸ਼ਾਰਾ ਜਾਂਦਾ ਕਿ ਆਉਂਦੇ ਸਮੇਂ ਚ ਵੋਟਾਂ ਵੀ ਵੰਡ ਹੋ ਸਕਦੀਆਂ ਨੇ ਤੇ ਜਿਨ੍ਹਾਂ ਦੇ ਖਿਲਾਫ ਸਭ ਤੋਂ ਜ਼ਿਆਦਾ ਵਿਰੋਧ ਹੁੰਦਾ ਫਾਇਦਾ ਵੀ ਕਿਸੇ ਵੇਲੇ ਲੈ ਜਾਂਦੇ ਹੁੰਦੇ ਆ ਪਰ ਇਸ ਵੇਲੇ ਕੀ ਵਾਕਈ ਇਸ ਤਰ੍ਹਾਂ ਦੇ ਹਾਲਾਤ ਨੇ ਜਾਂ ਫਿਰ ਜਦੋਂ ਭਾਨੇ ਸਿੱਧੇ ਸਮਰਥਕਾਂ ਵੱਲ ਦੇਖਦੇ ਆ ਉਹ ਕਹਿੰਦੇ ਸਿਆਸੀ ਰੰਚਾ ਗੱਡੀਆਂ ਜਾ ਰਹੀਆਂ ਨੇ ਹੁਣ ਕਿਹੜੀਆਂ ਸਿਆਸੀ ਰੰਚਾ ਐਦਾਂ ਦਾ ਮਾਹੌਲ ਕਿਉਂ ਬਣਿਆ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ ਕਿ ਕਿਸੇ ਵੇਲੇ ਕਿਸੇ ਵੇਲੇ ਬਿਨਾਂ ਲੀਡਰਾਂ ਤੋਂ ਇਸ ਤਰ੍ਹਾਂ ਦੇ ਅੰਦੋਲਨ ਹੋ ਜਾਂਦੇ ਆ ਜਿਹਦੇ ਵਿੱਚ ਨੁਕਸਾਨ ਲੋਕਾਂ ਦਾ ਹੁੰਦਾ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਬਹੁਤ ਵਾਰ ਹੋਇਆ ਪੰਜਾਬ ਨੇ ਪਿੰਡੇ ਤੇ ਸੰਤਾਪ ਹੰਡਾਇਆ ਪਰ ਹੁਣ ਇੱਕ ਵਾਰ ਫਿਰ ਤੋਂ ਕੀ ਗੱਲ ਉਦੋਂ ਨੂੰ ਜਾਂਦੀ ਦਿਖਾਈ ਦੇ ਰਹੀ ਹੈ ਨੌਜਵਾਨ ਪੀੜੀ ਪਿੱਛੇ ਪਿੱਛੇ ਤੁਰਦੀ ਜਾ ਰਹੀ ਹੈ ਪਰ ਮਸਲਾ ਫਿਰ ਉੱਥੇ ਆ ਕੇ ਖੜ ਜਾਂਦਾ ਕਿ ਇਹ ਹਾਲਾਤ ਬਣੇ ਕਿਉਂ ਗੱਲ ਸ਼ੁਰੂ ਹੁੰਦੀ ਹੈ ਇਮੀਗ੍ਰੇਸ਼ਨ ਏਜੰਟਾਂ ਤੋਂ ਕਿਉਂਕਿ ਬਹੁਤ ਸਾਰੇ ਇਸ ਵੇਲੇ ਏਜੰਟ ਇਸ ਤਰ੍ਹਾਂ ਦੇ ਆ ਜਿਹੜੇ ਗੈਰਕਾਨੂੰਨੀ ਤੌਰ ਤੇ ਕੰਮ ਕਰਦੇ ਆ ਕੋਈ ਸ਼ੱਕ ਨਹੀਂ ਜ਼ਿਲ੍ਹਾ ਜਲੰਧਰ ਵਿੱਚ ਹੀ 700 ਤੋਂ ਵੱਧ ਏਜੰਟ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਤੇ ਜੇਕਰ 700 ਜਣਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਤੇ ਅੰਦਾਜ਼ਾ ਲਗਾਓ ਹੋਣਗੇ ਕਿੰਨੇ ਗੈਰਕਾਨੂੰਨੀ ਤਰੀਕੇ ਨਾਲ ਉਹਦੇ ਵਿੱਚ ਇਮੀਗ੍ਰੇਸ਼ਨ ਏਜੰਟ ਵੀ ਸੀਗੇ ਕੰਸਲਟੈਂਸੀ ਵੀ ਸੀਗੀਆਂ ਹੋਰ ਵੀ ਬਹੁਤ ਕੁਝ ਪਰ ਇਹਨਾਂ ਜ਼ਰੂਰ ਹੈ ਕਿ ਸਮੱਸਿਆ ਤਾਂ ਇਸ ਵੇਲੇ ਵੱਡੀਆਂ ਨਾ ਸਾਡੇ ਹੁੰਦਾ ਕੀ ਹੈ ਬਹੁਤ ਸਾਰੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣਾ ਚਾਹੁੰਦੀ ਹੈ ਉਸ ਵੇਲੇ ਬਹੁਤ ਸਾਰੇ ਲੋਕਾਂ ਦੇ ਪਰਿਵਾਰਕ ਮੈਂਬਰ ਚਾਹਣਗੇ ਕਿ ਕਿਸੇ ਨਾ ਕਿਸੇ ਤਰੀਕੇ ਬੰਦਾ ਸਾਡਾ ਤੁਸੀਂ ਵਿਦੇਸ਼ ਭੇਜ ਦਿਓ ਚਾਹੇ ਜਿੱਦਾਂ ਮਰਜ਼ੀ ਭੇਜ ਦਿਓ ਉਸ ਵੇਲੇ ਏਜੰਟ ਦੇ ਪਿੱਛੇ-ਪਿੱਛੇ ਪਰ ਕਦੀ ਕਦੀ ਜਦੋਂ ਪੈਸੇ ਡੁੱਬ ਜਾਂਦੇ ਆ ਤਾਂ ਫਿਰ ਉਹੀ ਏਜੰਟ ਜਿਹਨੂੰ ਕਿਹਾ ਜਾਂਦਾ ਕਿ ਭਾਈ ਵਿਦੇਸ਼ ਭੇਜਣਾ ਸੀਗਾ ਉਹਦੇ ਕੋ ਕਹਿੰਦੇ ਪੈਸੇ ਕਿਸੇ ਤਰੀਕੇ ਨਾਲ ਲੈ ਕੇ ਦੋ ਹੁਣ ਦੋ ਤਿੰਨ ਚੀਜ਼ਾਂ ਹੋਰ ਵੀ ਹੈ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਏਜੰਟਾਂ ਨੇ ਪੰਜਾਬ ਦੀ ਨੌਜਵਾਨੀ ਨਾਲ ਠੱਗੀ ਬਹੁਤ ਵੱਡੇ ਪੱਧਰ ਤੇ ਮਾਰੀ ਹੈ ਕਈ ਇਸ ਤਰ੍ਹਾਂ ਦੇ ਏਜੰਟਾਂ ਦਾ ਨਾਮ ਆਇਆ ਹੈ ਅਫਰੋਜ਼ਪੁਰ ਵਾਲੇ ਪਾਸਿਓਂ ਦੋ ਜਣੇ ਸੀ ਮੀਆਂ ਬੀਬੀ ਉਹਨਾਂ ਨੇ ਕਰੋੜਾ ਰੁਪਏ ਬੱਚਿਆਂ ਦੇ ਉਡਾ ਦਿੱਤੇ ਗੁਰਦਾਸਪੁਰ ਵਾਲੇ ਪਾਸਿਓਂ ਸਾਡੇ ਕੋਲ ਖਬਰਾਂ ਪਹੁੰਚੀਆਂ ਪਰ ਕੀ ਬਣਿਆ ਕੁਝ ਵੀ ਨਹੀਂ ਬਣਿਆ ਫਿਰ ਇੱਕ ਖਬਰ ਆਈ ਕਿ ਇੱਕ ਜੋੜਾ ਜਿਹੜਾ ਗੁਰਦਾਸਪੁਰ ਦਾ ਸੀਗਾ ਉਹ ਵਿਦੇਸ਼ ਚਲਾ ਗਿਆ ਉਹ ਵਿਦੇਸ਼ ਕਿੱਦਾਂ ਚਲ ਗਿਆ ਕਿਉਂ ਨਹੀਂ ਪਹਿਲਾਂ ਕਾਰਵਾਈ ਕੀਤੀ ਤੇ ਹੁਣ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪੱਨ ਸਾਹਿਬ ਕਹਿ ਰਹੇ ਕਿ ਅਸੀਂ ਕਾਰਵਾਈ ਸਖਤ ਕਰਾਂਗੇ ਤੇ ਕਰਨੀ ਚਾਹੀਦੀ ਹੈ ਪਰ ਰੋਲਾ ਇਸ ਗੱਲ ਦਾ ਕਿ ਇਸ ਵੇਲੇ ਬਹੁਤ ਸਾਰੇ ਮੁੱਦੇ ਹੋਰ ਵੀ ਹੈ ਇਹ ਵੀ ਇੱਕ ਵੱਡਾ ਮੁੱਦਾ ਪਰ ਹੋਰ ਕੀ ਕੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਅਸੀਂ ਉਹ ਵੀ ਸੁਣਨਾ ਭਗਵੰਤਪਨ ਸਾਹਿਬ ਤਾਂ ਇਹ ਵੀ ਕਹਿੰਦੇ ਰਹੇ ਕਿ ਜਦੋਂ ਮੈਂ ਪਾਰਲੀਮੈਂਟ ਮੈਂਬਰ ਸੀ ਤਾਂ ਸਭ ਤੋਂ ਵੱਧ ਆਵਾਜ਼ ਮੈਂ ਆਪਣੇ ਹਲਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਚੁੱਕੀ ਹੈ ਇਹ 'ਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਜਦੋਂ ਨੌਜਵਾਨ ਫਸ ਜਾਂਦੇ ਸੀ ਕੁੜੀਆਂ ਚਾਹੇ ਮੁੰਡੇ ਉਹ ਸਿੱਧੇ ਰੂਪ ਦੇ ਵਿੱਚ ਵੀਡੀਓ ਬਣਾ ਕੇ ਭੇਜਦੇ ਸੀ ਤੇ ਭਗਵੰਤਪਨ ਉਸ ਵੇਲੇ ਵੀ ਸਰਗਰਮ ਰਹੇ ਸ਼ਮਸ਼ੇਰ ਸਿੰਘ ਦੁੱਲੋਹੁਰਾ ਦਾ ਨਾਮ ਵੀ ਨਹੀਂ ਭੁਲਾਇਆ ਜਾ ਸਕਦਾ ਉਹਨਾਂ ਨੇ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਮੌਜੂਦਾ ਸਮੇਂ ਵਿੱਚ ਵੀ ਬਹੁਤ ਸਾਰੇ ਸਿਆਸਤਦਾਨ ਉਹ ਨੇ ਜਿਹੜੇ ਆਪਣੇ ਤਰੀਕੇ ਨਾਲ ਕੰਮ ਕਰਦੇ ਆ ਕਈ ਯਤਨ ਕਰਦੇ ਆ ਕਿ ਉੱਥੇ ਕੁੜੀਆਂ ਮੁੰਡੇ ਜੇਕਰ ਫਸੇ ਆ ਤੇ ਉਹਨਾਂ ਨੂੰ ਛੁਡਾਇਆ ਜਾਵੇ ਪਰ ਇਹਨਾਂ ਜ਼ਰੂਰ ਹੈ ਕਿ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਮੁੱਖ ਮੰਤਰੀ ਭਗਵੰਤਪਨ ਸਾਹਿਬ ਨੇ ਕੀ ਕੀ ਕਿਹਾ ਇੱਕ ਨਜ਼ਰ ਪਹਿਲਾਂ ਉਧਰ ਮਾਰਦੇ ਆ ਟੈਬਲ ਝੰਟਾ ਬਾਰੇ ਮੈਂ ਜ਼ਰੂਰ ਕਹੂੰਗਾ ਥੋੜੇ ਚੱਲ ਰਿਹਾ ਅੱਜਕੱਲ੍ਹ ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ 'ਚੋਂ ਕਿਸੇ ਨੂੰ ਮਲੇਸ਼ੀਆ 'ਚੋਂ ਕਿਸੇ ਸਿੰਗਾਪੁਰ 'ਚੋਂ ਅਰਮੀਨੀਆ 'ਚੋਂ ਲੀਬੀਆ 'ਚੋਂ ਮੈਂ ਕੱਢ ਕੇ ਲਿਆ ਔਰ ਸੁਸ਼ਮਾ ਸਵਰਾਜੀ ਨੂੰ ਕਹਿੰਦਾ ਸੀ ਇਹ ਟ੍ਰੈਵਲ ਏਜੰਟ ਚੜਨੇ ਇਹਦੀ ਇੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵੇਝਾਂ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਤਾਂ ਮਾਰ ਦੇ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲੈ ਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰਨੀ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਹੈ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚੋਂ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸਿਰ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਨਾਕ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੇ ਉਹਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨਾਂ ਨੂੰ ਦੇ ਕਿ ਉਹਨਾਂ ਨੂੰ ਧੋਖਾ ਉਹਨਾਂ ਦਾ ਕੋਈ ਜਾਂ ਇੱਥੇ ਜਿਣਾ ਜਾਣ ਜਾਂ ਉੱਥੇ ਜਿਣਾ ਜਾਣ ਉਦਲੇ ਮੁਲਕੇ ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਟਰੈਵਲ ਏਜੰਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰੀ ਠਾਈ ਸੀ ਪਾਰਲੀਮੈਂਟ ਚਾਚੀ ਵੀ باقی ਦੇਖ ਲਿਓ YouTube ਤੇ ਸੁ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗੱਲ ਤਾਂ ਥਾਂ ਹੀ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਮੇ ਮੇਰੇ ਮੇਰ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਚ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਵਾਂਗਾ ਪਹਿਲੀ ਗੱਲ ਤਾਂ ਟ੍ਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਂਦੇ ਸੀ ਛੱਤੀਸਗੜ੍ਹ ਜਾਂਦੇ ਆ ਮਗੁਜਰਾ ਜਾਂਦੇ ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਨਹੀਂ ਲੱਗਿਆ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉਹਦੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉਹਦੇ ਲਿਖਿਆ ਸਿੰਗਾਪੁਰ ਦੂਜੇ ਤਾਂ ਦੇ ਲਿਖਿਆ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਪੰਜਾਬ ਰਹਿਣ ਲਈ ਵੀ ਮਿਲੋ ਏਅਰਪੋਰਟ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ ਚ ਰਹਿਣ ਲਈ ਮੈਨੂੰ ਮਿਲੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੂੰ ਤੁਸੀਂ ਸੁਣਿਆ ਉਹਨਾਂ ਨੇ ਇੱਕ ਜ਼ਿਕਰ ਕੀਤਾ ਜਿਲ੍ਹਾ ਜਲੰਧਰ ਦਾ ਜ਼ਿਕਰ ਕੀਤਾ ਕਿ ਬੱਸ ਸਟੈਂਡ ਤੇ ਲਿਖਿਆ ਸਟੱਡੀ ਟੂ ਯੂਕੇ ਸਟੱਡੀ ਟੂ ਸਿੰਗਾਪੁਰ ਇਹਦਾ ਸਾਰੇ ਵਕ ਵਕ ਥਾਂਾਂ ਤੇ ਜਿੱਥੇ ਲਿਖਿਆ ਹੋਣਾ ਚਾਹੀਦਾ ਕਿ ਜਲੰਧਰ ਤੋਂ ਬੱਸਾਂ ਬਠਿੰਡੇ ਜਾਣੀਆਂ ਨੇ ਪਠਾਨਕੋਟ ਜਾਣੀਆਂ ਨੇ ਜਾਂ ਜੰਮੂ ਜਾਣੀਆਂ ਨੇ ਜਾਂ ਫਿਰ ਜਿਹੜੇ ਪਾਸੇ ਵੀ ਜਾਣੀਆਂ ਨੇ ਉਹਦੀ ਬਜਾਏ ਇਹ ਲਿਖਿਆ ਹੋਵੇ ਕਿ ਆ ਵਿਦੇਸ਼ ਨੂੰ ਜਾਣਾ ਇਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਇਹ ਪੰਜਾਬ ਦੇ ਵਿੱਚ ਸਿਰਫ ਜ਼ਿਲ੍ਹਾ ਜਲੰਧਰ ਨਹੀਂ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਤੇ ਨਾਲ ਦੀ ਨਾਲ ਇੱਕ ਮਸਲਾ ਹੋਰ ਹੈ ਇੱਥੇ ਕਿ ਪਿਛਲੇ ਦਿਨਾਂ ਦੇ ਦੌਰਾਨ ਵੀ ਇਹ ਚਰਚਾ ਰਹੀ ਸੀ ਕਿ ਜੇਕਰ ਇਹਨਾਂ ਗੱਲਾਂ ਤੇ ਧਿਆਨ ਪੈਂਦਾ ਤੇ ਬਾਹਰਲੇ ਪਾਸੇੋਂ ਬਹੁਤ ਸਾਰੀਆਂ ਬੱਸਾਂ ਦੋ ਨੰਬਰ ਦੇ ਵਿੱਚ ਕਹਿੰਦੇ ਆ ਕਿ ਦੂਜੇ ਸੂਬਿਆਂ ਨੂੰ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਕਈ ਕੁਝ ਰੱਖਿਆ ਹੁੰਦਾ ਉਹਨਾਂ ਨੇ ਸਮਾਨ ਤੇ ਜੇਕਰ ਉਹ ਵੀ ਜਾਂਦੀਆਂ ਨੇ ਕਾਰਵਾਈ ਕਹਿੰਦੇ ਉਧਰ ਵੀ ਹੋਣੀ ਚਾਹੀਦੀ ਹੈ ਵੈਸੇ ਇਹ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਇਸ ਵੇਲੇ ਸਿਖਰਾਂ ਤੇ ਚੱਲਦਾ ਪਿਆ ਹੈ ਇਦੇ ਬਾਰੇ ਵੀ ਥੋੜੀ ਜਹੀ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਏਜੰਟ ਨੇ ਜਿਨ੍ਹਾਂ ਕਰਕੇ ਨੌਜਵਾਨ ਪੀੜੀ ਪਰੇਸ਼ਾਨ ਹੋਈ ਹੈ ਪਿਛਲੇ ਦਿਨੀ ਇੱਕ ਨੌਜਵਾਨ ਗੁਰਦਾਸਪੁਰ ਵਾਲੇ ਪਾਸਿਓਂ ਸੀ ਜ਼ਿਲ੍ਹਾ ਤੋਂ ਉਹ ਜੰਗਲਾਂ ਦੇ ਵਿੱਚ ਗਾਇਬ ਹੋ ਗਿਆ ਹੁਣ ਪਤਾ ਨਹੀਂ ਅਸੀਂ ਤਾਂ ਕਹਿੰਦੇ ਠੀਕ ਹੋਵੇ ਸਾਰਾ ਕੁਝ ਪਰ ਹੇਠ ਤੱਕ ਪਰਿਵਾਰਕ ਮੈਂਬਰ ਉਹ ਰੋ ਕੇ ਬੁਰਾ ਹਾਲ ਹੈ ਤੇ ਪੰਜਾਬ ਦੇ ਨੌਜਵਾਨਾਂ ਨੇ ਪਤਾ ਨਹੀਂ ਕਿੰਨੇ ਇਸ ਤਰ੍ਹਾਂ ਦੇ ਹਾਲਾਤ ਹਟਾਏ ਨੇ ਪਰ ਸਾਡੇ ਹੀ ਇੱਥੇ ਪਰਿਵਾਰਾਂ ਦੇ ਵਿੱਚੋਂ ਉਹ ਵੀ ਲੋਕ ਹੈ ਜਿਹੜੇ 25 ਤੋਂ 30 ਲੱਖ 35 ਲੱਖ 40 ਲੱਖ 50 ਲੱਖ ਰੁਪਇਆ ਲਾਉਣ ਨੂੰ ਤਿਆਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਭੇਜ ਦੋ ਕਿਸੇ ਨਾ ਕਿਸੇ ਤਰੀਕਾ ਕੈਨੇਡਾ ਭੇਜ ਦੋ ਤੇ ਰੌਲਾ ਇੱਕ ਵਾਰੀ ਪਹਿਲਾਂ ਵੀ ਪਿਆ ਸੀ ਕਹਿੰਦੇ ਆ ਕਿ ਜੇਕਰ ਇੰਨੇ ਪੈਸੇ ਲੈ ਕੇ ਇੱਥੇ ਬੀਨਾ ਸ਼ੁਰੂ ਕੀਤਾ ਜਾਵੇ ਤਾਂ ਵਧੀਆ ਤਰੀਕੇ ਨਾਲ ਹੋ ਨਹੀਂ ਸਕਦਾ ਜਿਹਦੇ ਕੋਲ ਕੁਝ ਸਮਾਂ ਪਹਿਲਾਂ ਜ਼ਮੀਨ ਸੀ ਉਹਨਾਂ ਨੇ ਆਪਣੀ ਜ਼ਮੀਨ ਦਾ ਕਿੱਲਾ ਵੇਚਿਆ ਚੱਲ ਟੀਪੁੱਤ ਬਾੜ ਦੇਦੇ ਕੋਲ ਜੋ ਵੀ ਸਾਧਨ ਸੀ ਕਿਸੇ ਕੋਈ ਦੁਕਾਨ ਸੀ ਉਹੀ ਵੇਚ ਦਿੱਤਾ ਕਿਉਂ ਕਿ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਪਿਆ ਕਿ ਹਾਲਾਤ ਇਸ ਵੇਲੇ ਖਰਾਬ ਹੋ ਰਹੇ ਨੇ ਪੰਜਾਬ ਦੇ ਜਾਂ ਫਿਰ ਕੋਈ ਹੋਰ ਕਾਰਨ ਹੈ ਬਹੁਤ ਸਾਰੇ ਮਾਪੇ ਇਸ ਤਰ੍ਹਾਂ ਦੇ ਜਿਹੜੇ ਬੱਚਿਆਂ ਨੂੰ ਵਿਦੇਸ਼ ਸੈਟਲ ਕਰਨਾ ਚਾਹੁੰਦੇ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਜਿਹੜੇ ਵਿਦੇਸ਼ ਵਿੱਚ ਜਾਣਾ ਚਾਹੁੰਦੇ ਆ ਇਹ ਤਾਂ ਹੁਣ ਇਨ੍ਹਾਂ ਤੇ ਨਿਰਭਰ ਕਰਦਾ ਹੈ ਪਰ ਇਨ੍ਹਾਂ ਜ਼ਰੂਰ ਹੈ ਸਰਕਾਰ ਕਹਿ ਰਹੀ ਹੈ ਕਿ ਸਾਡੀ ਨੌਜਵਾਨ ਪੀੜੀ ਵਿਦੇਸ਼ਾਂ ਤੋਂ ਵਾਪਸ ਪੰਜਾਬ ਆ ਰਹੀ ਹੈ ਮਿਹਨਤ ਕਰ ਰਹੀ ਹੈ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਆ ਪਿਛਲੇ ਦਿਨੀ ਇੱਕ ਦੋ ਬੱਚੇ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਤੋ ਦੇਖਦੇ ਆਉਣ ਵਾਲੇ ਸਮੇਂ 'ਚ ਵਾਕਈ ਮੋੜ ਆ ਪੈਂਦਾ ਜਾਂ ਫਿਰ ਨਹੀਂ ਕੁਝ ਕੁ ਦੇਸ਼ਾਂ ਨੇ ਜਿਸ ਹਿਸਾਬ ਨਾਲ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਗੱਲ ਤਾਂ ਫੇ ਉੱਥੇ ਹੀ ਆਉਂਦੀ ਹੈ ਕਿ ਇਹ ਨੌਜਵਾਨ ਕਦੀ ਵੀ ਬਾਹਰ ਨਾ ਜਾਣ ਤੁਸੀਂ ਰੁਜ਼ਗਾਰ ਦੇ ਮੌਕੇ ਤਾਂ ਪੈਦਾ ਕਰੋ ਤੁਸੀਂ ਉਦਯੋਗਾਂ ਦਾ ਵਿਕਾਸ ਤਾਂ ਕਰੋ ਤੁਸੀਂ ਕੰਪਨੀਆਂ ਦੇ ਵਿੱਚ ਉਹਨੀਆਂ ਤਨਖਾਹਾਂ ਦਾ ਦਬਾਓ ਹੁਣ ਜਿਹੜਾ ਬੱਚਾ ਮੰਨ ਲਓ ਕਿਸ ਨੇ ਬੀਟੈਕ ਕੀਤੀ ਹੈ ਤੇ ਜੇਕਰ ਗ੍ਰੈਜੂਏਸ਼ਨ ਕੀਤੀ ਹੁੰਦੀ ਉਹਨੂੰ ਕਹਿੰਦੇ ਆ ਕਿ ਇਹ ਸਸਤੀ ਜੀ ਪੜ੍ਹਾਈ ਕੀਤੀ ਹੈ ਨੇ ਗ੍ਰੈਜੂਏਸ਼ਨ ਸੌਖੀ ਨਹੀਂਗੀ ਪਰ ਫਿਰ ਵੀ ਜੇ ਗ੍ਰੈਜੂਏਸ਼ਨ ਕੀਤੀ ਹੈ ਬੱਸਾਂ ਦਾ ਖਰਚਾ ਉਹਦਾ ਵੀ ਤਾਂ ਆਉਂਦਾ ਹੀ ਆ ਉਹਦਾ ਵੀ ਤਾਂ ਕਿਰਾਇਆ ਲੱਗਦਾ ਹੀ ਆ ਖਾਣ ਪੀਣ ਵੀ ਤਾਂ ਹੁੰਦਾ ਹੀ ਆ ਪਰ ਜੇਕਰ ਜੇਬ ਤੋਂ ਖਰਚਾ ਲੱਗਦਾ ਤੇ ਬੱਚਿਆਂ ਦੀ ਪੜ੍ਹਾਈ ਦਾ ਨਾਰਮਲ ਖਰਚਾ ਮੰਨ ਕੇ ਚੱਲੋ ਕਿ ਲੱਖ ਰੁਪਇਆ ਤਾਂ ਆਉਂਦਾ ਹੀ ਆ ਹੁਣ ਜੇਕਰ ਲੱਖ ਰੁਪਇਆ ਤੇ ਉਧਰਲੇ ਪਾਸੇ ਬੀਟੈਕ ਕੀਤੀ ਐਮਟੈਕ ਕੀਤੀ ਹੈ ਕੋਈ ਵੀ ਕੋਰਸ ਕੀਤਾ ਚਾਹੇ ਡੀ ਫਾਰਮੇਸੀ ਬੀ ਫਾਰਮੇਸੀ ਕੋਈ ਵੀ ਕੋਰਸ ਕੀਤਾ ਹੋਵੇ ਜੇਬ ਦੇ ਵਿੱਚੋਂ ਖਰਚਾ ਤਾਂ ਜਾਂਦਾ ਨਾ ਹੁਣ ਜਿਹੜੇ ਬੱਚੇ ਨੇ ਲੱਖਾਂ ਰੁਪਏ ਖਰਚ ਕੀਤੇ ਆ ਮਾਪੇ ਚਾਹੁੰਦੇ ਨੌਕਰੀ ਵੀ ਲੱਖਾਂ ਵਾਲੀ ਮਿਲੇ ਪਰ ਨੌਕਰੀਆਂ ਉਹਨੀਆਂ ਨਹੀਂ ਮਿਲਦੀਆਂ ਤਨਖਾਹਾਂ ਉਹਨੀਆਂ ਨਹੀਂ ਗਈਆਂ ਜੇਕਰ ਇਸ ਚੀਜ਼ ਵੱਲ ਇਸ ਢਾਂਚੇ ਵੱਲ ਥੋੜਾ ਜਿਹਾ ਧਿਆਨ ਚਲ ਜਵੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਦੌਰਾਨ ਮੋੜਾ ਪੈ ਜਾਵੇ ਫਿਰ ਬੱਚੇ ਕਹਿ ਸਕਦੇ ਅਸੀਂ ਵਿਦੇਸ਼ ਜਾਣਾ ਕੀ ਕਰਨਾ ਜੇਕਰ ਸਾਨੂੰ ਇੱਥੇ ਸਾਰਾ ਕੁਝ ਮਿਲਦਾ ਪਰ ਉਧਰ ਕੰਮ ਕਰਨ ਦੀ ਜ਼ਰੂਰਤ ਹੈ ਜਿੱਤੇ ਤੱਕ ਹੋ ਨਹੀਂ ਰਿਹਾ ਪਰ ਵਾਅਦੇ ਤੇ ਦਾਅਵੇ ਵੱਡੇ ਵੱਡੇ ਹਮੇਸ਼ਾ ਕੀਤੇ ਜਾਂਦੇ ਨੇ ਅੱਗੇ ਵੱਧਦੇ ਗੱਲ ਕਰਨੀਆਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਯਾਤਰਾ ਕਰ ਰਿਹਾ ਪੰਜਾਬ ਬਚਾਓ ਯਾਤਰਾ ਵੱਖ-ਵੱਖ ਸਿਆਸਤਦਾਨ ਇਹ ਦੱਸਣ ਤੇ ਲੱਗੇ ਹੋਏ ਨੇ ਕਿ ਯਾਤਰਾ ਕਰਨ ਦੀ ਜ਼ਰੂਰਤ ਕਿਉਂ ਪਈ ਸ਼੍ਰੋਮਣੀ ਅਕਾਲੀ ਦਲ ਪਿਛਲੇ ਦਿਨਾਂ ਦੇ ਦੌਰਾਨ ਹਾਸ਼ੀਏ ਤੇ ਆਇਆ ਬਹੁਤ ਸਾਰੇ ਸਿਆਸਤਦਾਨ ਮਿਹਨਤ ਕਰ ਵੀ ਰਹੇ ਸੀ ਬਹੁਤ ਸਾਰੇ ਇਹ ਕਹਿ ਰਹੇ ਕਿ ਸਾਨੂੰ ਪ੍ਰਧਾਨ ਸਾਹਿਬ ਦਾ ਸਾਥ ਨਹੀਂ ਮਿਲਦਾ ਪਿਆ ਅੱਧੇ ਤੋਂ ਬਾਅਦ ਉਹ ਲੀਡਰ ਸੀ ਜਿਹੜੇ ਕਹਿੰਦੇ ਸੀ ਪ੍ਰਧਾਨ ਸਾਹਿਬ ਤਾਂ ਬਿਲਕੁਲ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਪਰ ਪਤਾ ਨਹੀਂ ਕੀ ਹੋਇਆ ਇੱਕ-ਇੱਕ ਕਰਕੇ ਕਈ ਸਿਆਸਤਦਾਨ ਛੱਡ ਕੇ ਚੱਲ ਗਏ ਪਰ ਹੁਣ ਫਿਰ ਤੋਂ ਉਹ ਪ੍ਰਾਣਾ ਆਧਾਰ ਵਾਪਸ ਲਿਆਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਕਫਾ ਵਕਫਾਂ ਹਲਕਿਆਂ ਦੇ ਵਿੱਚ ਜਾ ਕੇ ਯਾਤਰਾ ਕੱਢ ਰਹੇ ਨੇ ਕਾਂਗਰਸ ਵਾਲੇ ਕਹਿੰਦੇ ਇਹ ਤਾਂ ਯਾਤਰਾ ਭਾਰਤ ਜੋੜੋ ਯਾਤਰਾ ਤੇ ਸਰ ਨਿਰਪਰ ਕਰਦੀ ਹੈ ਇਸੇ ਤਰ੍ਹਾਂ ਦੀ ਯਾਤਰਾ ਮਿਲਦੀ ਜੁਲਦੀ ਯਾਤਰਾ ਨਿਰਭਰਤਾ ਨਹੀਂ ਕਰਦੀ ਪਰ ਮਿਲਦੀ ਜੁਲਦੀ ਯਾਤਰਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਪੰਜਾਬ ਬਚਾਓ ਦੀ ਜਗ੍ਹਾ ਤੇ ਅਕਾਲੀ ਦਲ ਬਚਾਓ ਯਾਤਰਾ ਹੋਣੀ ਚਾਹੀਦੀ ਸੀ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ 'ਤੇ ਕੋਈ ਵੀ ਉਹਨਾਂ ਨੇ ਪ੍ਰਤੀਕਿਰਿਆ ਨਹੀਂ ਦਿੱਤੀ ਕਿਉਂਕਿ ਇਸ ਵੇਲੇ ਸੰਭਲ ਸੰਭਲ ਕੇ ਚੱਲ ਰਹੇ ਨੇ ਰਾਜਨੀਤੀ ਵਿੱਚ ਥੋੜਾ ਜਿਹਾ ਬਦਲਾਅ ਤਾਂ ਕੀਤਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਉਪलब्ਧੀਆਂ ਨੇ ਜਾਂ ਫਿਰ ਕਿਹੜੇ ਕੰਮ ਨਹੀਂ ਕੀਤੇ ਇਹਨਾਂ ਦੋਹਾਂ ਦੇ ਜ਼ਿਕਰ ਬਿਲਕੁਲ ਨਹੀਂ ਹੋ ਰਿਹਾ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀ ਤੇ ਇਸ ਵੇਲੇ ਜ਼ਿਕਰ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੀ ਕੀ ਕੀਤਾ ਜਾਵੇਗਾ ਹਾਂ ਕੋਈ ਕਿਤੇ ਕਿਤੇ ਜਾ ਕੇ ਜਦੋਂ ਸਵਾਲ ਪੱਤਰਕਾਰ ਪੁੱਛ ਲੈਂਦੇ ਆ ਤੇ ਉੱਥੇ ਜਵਾਬ ਜਿੱਦੇ ਵੀ ਹੈ ਕਿ ਆਮ ਆਦੀ ਪਾਰਟੀ ਸਰਕਾਰ ਦਾ ਲਾਅ ਐਂਡ ਆਰਡਰ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਪੰਜਾਬ ਦੇ ਹਾਲਾਤ ਬਦਲਦੇ ਜਾ ਰਹੇ ਨੇ ਮਹਿੰਗਾਈ ਵੱਧਦੀ ਜਾ ਰਹੀ ਹੈ ਪਰ ਇਹ ਤਾਂ ਝੂਠੀ ਦੁਹਾਈ ਪਾ ਰਹੇ ਨੇ ਇਹਨਾਂ ਸਾਰੀਆਂ ਗੱਲਾਂ 'ਚ ਜਦੋਂ ਅੰਮ੍ਰਿਤਸਰ ਤੋਂ ਯਾਤਰਾ ਸ਼ੁਰੂ ਹੋ ਕੇ ਹੁਣ ਤਰਨਤਾਰ ਨਾਲੇ ਪਾਸੇ ਪਹੁੰਚਦੀ ਹੈ ਤਾਂ ਉੱਥੇ ਸੁਖਵੀਰ ਸਿੰਘ ਬਾਦਲਹੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਰਦੇ ਉਹਨਾਂ ਨੇ ਕੀ ਕੀ ਕਿਹਾ ਇੱਕ ਨਜ਼ਰ ਪਹਿਲਾਂ ਉਧਰ ਮਾਰਦੇ ਆ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਤੇ 2.5 ਸਾਲ ਇੰਨਾ ਦੇ ਹੋ ਗਏ ਅੱਜ ਇਹ ਜਾ ਮਾਹੌਲ ਪੰਜਾਬ ਦਾ ਬਣ ਗਿਆ ਕਿ ਪੰਜਾਬ 'ਚ ਰਹਿਣਾ ਵੀ ਮੁਸ਼ਕਲ ਹੋ ਗਿਆ ਅੱਜ ਇੱਥੇ ਗੈਂਗਸਟਰ ਰਾਜ ਕਰ ਰਹੇ ਆ ਲੁੱਟ ਖੋਹਾਂ ਹੋ ਰਹੀ ਐ ਹਰ ਰੋਜ਼ ਕਿਤੇ ਨਾ ਕਿਤੇ ਡਾਕਾ ਪੈ ਰਿਹਾ ਨਸ਼ੇ ਘੜ ਕਰ ਪਚਾ ਦਿੱਤੇ ਤੇ ਮੈਂ ਅਫਸਰਾਂ ਨੂੰ ਪੁੱਛਿਆ ਕਿ ਇੰਨਾ ਬੁਰਾ ਹਰ ਨਸ਼ੇ ਦਾ ਕਿਉਂ ਐ ਤੇ ਮੈਨੂੰ ਅਫਸਰਾਂ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਨੇ ਹੀਂ ਦਾ ਬੰਦ ਲਿਆ ਕਹਿ ਦਿੱਤਾ ਕੀ ਹੈ ਨਸ਼ੇ ਵਿੱਚ ਇਹਨਾਂ ਨੂੰ ਫੰਨਾ ਨਹੀਂ ਐਨਾ ਵੱਡਾ ਹੌਸਲਾ ਹੋ ਗਿਆ ਅੱਜ ਤੁਸੀਂ ਪੰਜਾਬ ਦੇ ਕਿਸੇ ਪੂਰਨੇ ਚਲੇ ਜਾਓ ਸੜਕਾਂ ਟੁੱਟੀਆਂ ਨੇ ਸੀਵਰੇਜ ਬੰਦ ਹੋ ਗਏ ਪੀ ਨਾਲੇ ਪਾਣੀ ਦਾ ਗੰਰੁਪ ਗਿਆ ਤੇ ਜੇ ਜੋ ਹੜਾਏ ਲੋਕਾਂ ਨੂੰ ਵੀ ਥੀ ਕਿ ਬਾਦਲ ਸਾਹਿਬ ਜਿਵੇਂ ਮੌਬਾਦਾ ਦਿੰਦੇ ਐ ਮਿਲੂਗਾ 1 ਰੁਪਿਆ ਹੜਾ ਨਾਲ ਨਹੀਂ ਦਿੱਤਾ ਘੜੇ ਪੈਗੇ 1 ਰੁਪਿਆ ਨਹੀਂ ਦਿੱਤਾ ਬਿਮਾਰੀ ਪੈਗੀ 1 ਰੁਪਿਆ ਨਹੀਂ ਦਿੱਤਾ ਆ ਪਿਛਲੇ 2 ਸਾਲ ਘੱਟ ਪਰ ਐਸੀ ਸਾਲ 60000 ਕਰੋੜ ਰੁਪਿਆ ਤੁਹਾਡੇ ਸਿਰ ਤੇ ਕਰਜ਼ਾ ਚੜ ਦਿੱਤਾ ਦੁਲ ਪਰ ਨਾਲ ਵੀ ਕੋਈ ਚੀਜ਼ ਨਹੀਂ ਜਿੰਨੀਆਂ ਸਹੂਲਤਾਂ ਬਾਪੂ ਬਾਦਲ ਦਿੰਦੇ ਹੁੰਦੇ ਸੀ ਸਾਰੀਆਂ ਬੰਤ ਕਰ ਦਿੱਤੀਆਂ ਇਸ ભગવંતમાન ਦਾ એકો એક કામ હે કેજરીવાલ કા ડ્રાઈવર બનકે અપને સુપે دا કરાયે તા જાહાજ લેકે કરોડ રૂપિયા અપને સુપે دا કેજરીવાલ ન ખુશ કરવા માટે લગાયા જા રહ્યા 800 કરોડ રૂપિયા ખજાને દા ઇશતિહારા ત લા દતે દે ઇથે કેંદે સાડે કોલે પૈસા હેણી આટા દલ शगत देख वास्त देन पेंशन देने वास्ते इस करके मैं सारे खालसा जी बेनती करता है। आ खेतरी पार्टी थोड़ी अपनी पार्टी है एक सौ तीन साल पार्टी थोड़े बजुर्ग की खून पसीने शहादत पार्टी है वो लड़ाई एक पास थोड़ी अपनी खेतरी पार्टी है दूजे पास नेशनल पार्टियां भावे कांग्रेस है भावे आम आदमी है और नेशनल पार्टियां का कोई प्यारंज का प्यार प्यार नहीं ना खालसा पंथ ला आज सारा कुछ सोचते जो नेशनल नैशनल पार्टियां नंगा लगता है पर जे कोई पंजाब की लड़ाई लड़ता रहे थोड़ी अपनी मां पार्टी अकाली दल पंथ की आवाज है खालसा जी अकाली दल तगड़े अपनी कौम तगड़ी आवाज है ਜੋਈ ਯਾਤਰਾ ਕੱਢੀ ਜਾ ਰਹੀ ਹੈ ਪੰਜਾਬ ਬਚਾਓ ਯਾਤਰਾ ਭਾਵੇਂ ਵਕਫ ਵਕਫ ਸਿਆਸਤਦਾਨ ਕਈ ਤਰ੍ਹਾਂ ਦੇ ਬਿਆਨ ਵੀ ਦੇ ਰਹੇ ਨੇ ਤੇ ਵੋਟਰਾਂ ਨੂੰ ਵੱਧ ਤੋਂ ਵੱਧ ਨਾਲ ਜੋੜਨ ਦਾ ਯਤਨ ਵੀ ਕੀਤਾ ਜਾ ਰਿਹਾ ਹੈ ਪਤਾ ਨਹੀਂ ਕਿੰਨੇ ਕੁ ਜੋੜਨੇ ਆ ਨਾਲ ਕਿੰਨੇ ਕੁ ਨਹੀਂ ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਦਾ ਹਾਸ਼ੀਏ ਤੇ ਆਇਆ ਬਹੁਤ ਸਾਰੇ ਲੋਕਾਂ ਨੇ ਉਹ ਸਾਰੇ ਵੋਟਰਾਂ ਨੇ ਪੈਰ ਪਿੱਛੇ ਵੱਲ ਖਿੱਚੇ ਜਿੱਥੇ ਇੱਕ ਪਾਸੇ ਪਿੰਡਾਂ ਦੇ ਵਿੱਚ ਲੋਕ ਇਹ ਗੱਲ ਕਰਦੇ ਸੀ ਕਿ ਚਲੋ ਕਾਲੀਆਂ ਨੇ ਕੰਮ ਤਾਂ ਕੀਤਾ ਸੀ ਤੇ ਅਗਲੀਆਂ ਸਰਕਾਰਾਂ ਨੇ ਕੀਤਾ ਨਹੀਂ ਪਰ ਉਹਨਾਂ ਦੇ ਵਿੱਚੋਂ ਅੱਧੇ ਕੁ ਲੋਕ ਇਹ ਵੀ ਗੱਲ ਕਹਿੰਦੇ ਪਏ ਆ ਕਿ ਇਹ ਆ ਸਕਦੇ ਆ ਜਿਹੜੇ ਪਿੰਡਾਂ ਦੇ ਵਿੱਚ ਕੁਝ ਕੁ ਲੋਕ ਪੱਕੇ ਸੀ ਕਿ ਅਸੀਂ ਵੋਟ ਤਾਂ ਪਾਉਣੀ ਹੈ ਕਾਲੀਆਂ ਨੂੰ ਹੀ ਪਾਉਣੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਕਹਿੰਦੇ ਸੀ ਵੋਟ ਕਾਂਗਰਸ ਨੂੰ ਪਾਉਣੀ ਹੈ ਇਹ ਤਾਂ ਹਵਾ ਇਸ ਵਾਰ ਚੱਲਦੀ ਸੀ ਕਿ ਆਵਾਜ਼ ਦੀ ਪਾਰਟੀ 92 ਵਿਧਾਇਕ ਬਣਾ ਗਈ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਵੀ ਕੁਝ ਕੁ ਲੀਡਰਾਂ ਨੇ ਇਹ ਗੱਲ ਕਹੀ ਪਰ ਅਜੇ ਵੀ ਉਹ ਲੋਕ ਨਾਲ ਜੁੜਦੇ ਨਜ਼ਰ ਆ ਰਹੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਪੈਰ ਪਿੱਛੇ ਵੱਲ ਹੀ ਰੱਖਣਗੇ ਇਹ ਤਾਂ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਕਾਲੀ ਦਲ ਇਸ ਵੇਲੇ ਕੋਸ਼ਿਸ਼ਾਂ ਪੂਰੀਆਂ ਕਰ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਵੀ ਉਸ ਰੈਲੀ ਦੇ ਵਿੱਚ ਪਹੁੰਚੇ ਯਾਤਰਾ ਦੇ ਵਿੱਚ ਪਹੁੰਚੇ ਹੁਣ ਇਹ ਯਾਤਰਾ ਕੱਢੀ ਜਾ ਰਹੀ ਹੈ ਮਜੀਠੀਆ ਸਾਹਿਬ ਨੇ ਵੀ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ ਭਾਈ ਮੁੱਖ ਤੌਰ ਤੇ ਦੱਸੋ ਸਹੀ ਕਿ ਯਾਤਰਾ ਕੱਢੀ ਕਿਉਂ ਜਾ ਰਹੀ ਹੈ ਕੀ ਸਿਰਫ ਲੋਕਾਂ ਨਾਲ ਜੋੜਨਾ ਜਾਂ ਫਿਰ ਅਕਾਲੀ ਦਲ ਦਾ ਪ੍ਰਚਾਰ ਕਰਨ ਦਾ ਇਹ ਵੱਖਰਾ ਤਰੀਕਾ ਕੀ ਹੈ ਅਖਰ ਮਜੀਠੀਆ ਸਾਹਿਬ ਨੇ ਕੀ ਕਿਹਾ ਕਿ ਨਜ਼ਰ ਉੱਤਰ ਮਾਰਤੀ ਭਗਵੰਤ ਭਗਾਓ ਪੰਜਾਬ ਬਚਾਓ ਔਰ ਉਸ ਦਾ ਕਾਰਨ ਬੜਾ ਸਿੰਪਲ ਹੈ ਕਿ ਪੰਜਾਬ ਮੇ झूठे वादे करके झूठ प्रोमिस करके आम आदमी पार्टी की सरकार आई थी ईस्ट इंडिया कंपनी के जैसे पंजाब को लूट रही है और सिर्फ तो सिर्फ अरविंद केजरीवाल के खजाने को भरने के लिए वास्ते पंजाब को पंजाब पंजाबी अपना फैसला आप करेंगे रिमोट कंट्रोल से नहीं चलेंगे आज जितने वादे किते थे हर वादे पे फेल हुई है चाहे वो मुलाजिम है ਨੌਜਵਾਨ ਹੈ ਕਿਸਾਨ ਹੈ ਖੇਤ ਮਜ਼ਦੂਰ ਹੈ ਇੰਡਸਟਰੀ ਹੈ ਵਪਾਰੀ ਹੈ ਹਰ ਫਰੰਟ ਤੇ ਭਗਵੰਤ ਮਾਨ ਕੇਜਰੀਵਾਲ ਸਾਹਿਬ ਫੇਲ ਹੋ ਗਏ ਨਹੀਂ ਹੱਲਾ ਬੋਲ ਕੀ ਜਗ੍ਹਾ ਪੇਸ਼ ਹੋ ਜਾਏ ਪੇਸ਼ ਹੋ ਕੇ ਬੋਲ ਸੱਚ ਬੋਲ ਅਬ ਚਾਹੀਏ ਤਾਂ ਇਹ ਨਹੀਂ ਤਾਂ ਹੇਮੰਤ ਸੁਰੇਨ ਜੈਸੇ ਦਿਨ ਆਏਗੇ ਦੇਖੋ ਅਮ ਸਭ ਦੇਸ਼ ਕੇ ਨਾਗਰਿਕ ਹੈ ਸਾਰੇ ਪੇਸ਼ ਹੁੰਦੇ ਹੈ ਕੇਜਰੀਵਾਲ ਇਜ਼ ਨਾਟ ਅ ਬਬਲ ਹੋ ਹੀ ਇਜ਼ ਨਾਟ ਦ ਸੁਪਰੀਮ ਕੋਰਟ ਉਨਕੋ ਪੇਸ਼ ਹੋਣਾ ਚਾਹੀਏ ਹਜ਼ਾਰਾਂ ਕਰੋੜ ਕੀ ਲੂਟ ਹੋਈ ਹੈ ਔਰ ਦਿੱਲੀ ਕੇ ਇਨਕੁਆਇਰੀ ਕੇ ਬਾਅਦ ਪੰਜਾਬ ਕੀ ਇਨਕੁਆਇਰੀ ਸ਼ੁਰੂ ਹੋਣੀ ਚਾਹੀਏ ਬਿਕਰਮ ਸਿੰਘ ਮਜੀਠੀਆ ਹੁਰਾਂ ਤੁਸੀਂ ਸੁਣਿਆ ਦੇਖਤੀ ਯਾਤਰਾ ਕਿਧਰ ਨੂੰ ਜਾਂਦੀ ਹੈ ਅੱਗੇ ਵੱਧ ਦੇ ਗੱਲ ਕਰਨੀ ਅਰਵਿੰਦ ਕੇਜਰੀਵਾਲ ਹੁਰਾਂ ਦੀ ਅਰਵਿੰਦ ਕੇਜਰੀਵਾਲ ਹੁਰਾਂ ਨੂੰ ਈਡੀ ਨੇ ਸੱਮਣ ਭੇਜਿਆ ਸੀ ਪੁੱਛ ਕਿਸ ਲਈ ਸੱਦਿਆ ਪਰ ਇਸ ਵੇਲੇ ਜੈਸੀ ਸਾਹਿਬ ਦੇ ਨਾਲ ਝਾਰਖੰਡ ਦੇ ਮੁੱਖ ਮੰਤਰੀ ਰਹੇ ਹੇਮੰਤ ਸੁਰੇਨ ਹੁੜਾ ਨੂੰ 8 ਵਾਰ ਸੱਮਣ ਭੇਜਿਆ ਗਿਆ ਤੇ ਉਹ ਪਹੁੰਚੇ ਨਹੀਂ ਉੱਥੇ ਤੇ ਉਹਨਾਂ ਤੋਂ ਪੁੱਛਗਿਛ ਬਾਅਦ ਵਿੱਚ ਹੋਈ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਵੀ 5 ਵਾਰ ਸੱਮਣ ਭੇਜਿਆ ਜਾ ਚੁੱਕਿਆ ਪਰ ਉਹ ਈਡੀ ਦੇ ਮੂਹਰੇ ਪੇਸ਼ ਨਹੀਂ ਹੋਏ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਇਹ ਇਲੀਗਲ ਹੈ ਗਲਤ ਤਰੀਕੇ ਨਾਲ ਨੋਟਿਸ ਭੇਜਿਆ ਜਾ ਰਿਹਾ ਹੈ ਕਿਉਂਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2000 24 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਕਰਕੇ ਭਾਈ ਮੈਂ ਨਹੀਂ ਜਾਣਾ ਹੁਣ ਜਾਂ ਤਾਂ ਭਾਈ ਇੱਥੇ ਟਿਚ ਨਹੀਂ ਜਾਣਦੇ ਜਾਂ ਫਿਰ ਵਾਕਈ ਉਹਨਾਂ ਨੂੰ ਲੱਗਦਾ ਪਿਆ ਗਲਤ ਤਰੀਕੇ ਨਾਲ ਜਾਂ ਫਿਰ ਇਹ ਲੱਗਦਾ ਪਿਆ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਇਹਨਾਂ ਵਿੱਚੋਂ ਕੁਝ ਵੀ ਹੋ ਸਕਦਾ ਹੈ ਪਰ ਇਹਨਾਂ ਸਾਰੇ ਮਾਮਲਿਆਂ ਤੇ ਭਾਜਪਾ ਪਾਰਟੀ ਵੱਲੋਂ ਪ੍ਰਤੀਕਿਰਿਆ ਆਈ ਹੈ ਹੁਣ ਦਿੱਲੀ ਵਾਲੇ ਪਾਸਿਓਂ ਸਿਰਸਾ ਸਾਹਿਬ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਹੈ अरविंद केजरीवाल उन्होंने लेकर के कुछ गल ने की कि नजर उधर भी मारते हैं अरविंद केजरीवाल जी ने कहा वो आज ईडी के सामने नहीं पेश होंगे ये पांचवी बार उन्होंने मना किया क्योंकि वो जानते हैं ईडी के पास जो सबूत हैं जो मनी ट्रेल है जो संजय सिंह जी के, के केस में मिली जो मनीष सिसोदिया जी के, के केस में सुप्रीम कोर्ट के सामने गई उसके चलते उनके पास जवाब नहीं है वो ईडी को फेस नहीं कर सकते इन चीजों का जवाब वो नहीं दे पाएंगे इसलिए हेमंत सोरेन जी भी इसी तरह बोलते थे लेकिन हेमंत सोरेन जी को किसी ने रिजाइन करने को नहीं कहा उन्होंने खुद पहले रिजाइन कर दिया क्योंकि वो भी जानते थे कि इतने बड़े सबूतों के बाद वो बच नहीं पाएंगे मुझे आम आदमी पार्टी के एक बहुत बड़े बड़े क्या सबसे बड़े लीडर जो अरविंद केजरीवाल जी के बाद माने जाते हैं अब उन्होंने अभी बताया कि अरविंद केजरीवाल जी एक दो दिन में मीटिंग बुलाने जा रहे हैं अपने एमएलओ की और वहां पर वो रिजाइन करेंगे अपनी धर्मपत्नी की को सीएम का औहदे के लिए उनको नाम रखेंगे सभी एमएलए कहेंगे कि जी हम अरविंद केजरीवाल जी की धर्मपत्नी को सीएम बनाना चाहते हैं क्योंकि बीजेपी इनको अरेस्ट करना चाहती है इस बहाने से वो अपनी पहली बीवी को सीएम की करेंगे मिसिस केजरीवाल जी को और उसके बाद वो पेश होंगे क्योंकि वो जानते हैं कि जब वो पेश होंगे इतना रिकॉर्ड का वो जवाब नहीं दे पाएंगे इतने पुख्ता सबूतों को वो नकार नहीं पाएंगे जिसके चलते उन पर कार्रवाई हो सकती है ऐसा अरविंद केजरीवाल जी मान रहे हैं मेरा मानना है ये वही अरविंद केजरीवाल जी जो कल तक कहते थे अन्ना औजारे अन्ना हजारे जी के आंदोलन में खड़े होकर कि पहले अपने को रिजाइन करना चाहिए फिर सामने जाना चाहिए लेकिन आज वो अपनी बातों से इसलिए बदले बदले दिख रहे हैं सुर बदले बदले दिख रहे हैं क्योंकि अब अपने पे बनाई है और सबूत सामने हैं जेल जाने की बारी है इसीलिए आज वो मुख बदले बदले दिख रहे हैं मनजिंदर सिंह सिरसा होने कई तरह के सवाल उन्होंने खड़े किए हैं पर देखते हैं सियासत है आने वाले समय में गल्ला किधर जाकर हेमंत सोरेन होर बार बार सम्मण भेजा जा सकता है भी ਮੋੜ ਸੰਬੰਧ ਭੇਜੇ ਜਾ ਸਕਦੇ ਨੇ ਅੱਗੇ ਵੱਧਦੇ ਹਾਂ ਗੱਲ ਕਰਨੀ ਆ ਖਨੋਰੀ ਸਕੂਲ ਦੀ ਇਸ ਵੇਲੇ ਚਰਚਾ ਦੇ ਵਿੱਚ ਹੈ ਇਸ ਕਰਕੇ ਕਿਉਂਕਿ ਵਿਦਿਆਰਥੀਆਂ ਦੇ ਆਉਣ ਵਾਲੇ ਦਿਨਾਂ 'ਚ ਪੇਪਰ ਹੋ ਰਹੇ ਨੇ ਬੋਰਡ ਦੀਆਂ ਪ੍ਰੀਖਿਆਵਾਂ ਨੇ 12 ਕਿਲੋਮੀਟਰ ਦਾਇਰੇ ਵਿੱਚ ਕਾਨੂੰਨੀ ਤੌਰ ਤੇ ਹੁੰਦਾ ਕਿ ਬੱਚਿਆਂ ਦਾ ਸੈਂਟਰ ਬਣਾਇਆ ਜਾਵੇ ਪਰ ਕਹਿੰਦੇ ਆ ਕਿ 70 ਕਿਲੋਮੀਟਰ ਦੂਰ ਬੱਚਿਆਂ ਦਾ ਸੈਂਟਰ ਬਣਾ ਦਿੱਤਾ ਗਿਆ ਹੁਣ ਬੱਚੇ ਵੀ ਦੱਸੇ ਜਾ ਰਹੇ ਨੇ ਕਿ 350 ਦੇ ਕਰੀਬ ਆ ਤੇ ਹੈਗੀਆਂ ਵੀ ਸਾਰੀਆਂ ਕੁੜੀਆਂ ਹੁਣ ਕਿੰਨਾ ਔਖਾ ਹੋਣਾ ਉਹਨਾਂ ਦੇ ਲਈ 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੇਪਰ ਪਾਉਣ ਜਾਣਾ ਹੁਣ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ 1 ਦਸੰਬਰ ਨੂੰ ਹੀ ਲਿਖਤੀ ਰੂਪ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਸੀ ਮਾਮਲਾ ਤੇ ਹੁਣ ਤਾਂ ਜੇਕਰ ਦਸੰਬਰ ਮਹੀਨੇ ਵਿੱਚ ਧਿਆਨ ਚ ਲਿਆ ਦਿੱਤਾ ਗਿਆ ਸੀ ਕਿੰਨਾ ਸਮਾਂ ਹੋ ਗਿਆ ਕਿੰਨਾ ਸਮਾਂ ਬੀਤ ਗਿਆ ਅਜੇ ਤੱਕ ਇੱਤੇ ਕਿਸ ਨੇ ਧਿਆਨ ਕਿਉਂ ਨਹੀਂ ਦਿੱਤਾ ਕਹਿੰਦੀ ਹੈ ਕਿ ਪੰਜ ਆਪਸ਼ਨ ਸੀਗੇ ਬੱਚਿਆਂ ਨੂੰ ਦਿੱਤੇ ਗਏ ਜਿਹੜਾ ਵੀ ਸੈਂਟਰ ਤੁਸੀਂ ਭਰ ਦੋ ਉਹੀ ਸੈਂਟਰ ਲੋਟ ਹੋ ਜਾਣਾ ਹੁਣ ਹੋ ਸਕਦਾ ਕਿ ਤੇ ਥੋੜੇ ਹੁਣ ਬੱਚੇ ਇਸ ਕਰਕੇ ਉਹਨਾਂ ਨੇ ਸੈਂਟਰ ਉਹ ਚੁਣ ਲਿਆ ਹੋਵੇ ਇਸ ਕਰਕੇ ਵੀ ਹੋਇਆ ਗਿਆ ਹੋ ਸਕਦਾ ਹੋਵੇ ਪਰ ਮਸਲਾ ਇਹ ਹੈ ਕਿ 70 ਕਿਲੋਮੀਟਰ ਬੱਚਿਆਂ ਲਈ ਜਾਣਾ ਕਿੰਨਾ ਔਖਾ ਹੋਵੇਗਾ ਮਾਪੇ ਗਰੀਬ ਨੇ ਬੱਚੇ ਗਰੀਬ ਨੇ ਆਪਣਾ ਸਾਧਨ ਨਹੀਂ ਕਰ ਨਹੀਂ ਸਾਦੇ ਸਰਕਾਰੀ ਸਕੂਲ ਵਿੱਚ ਇਸ ਵੇਲੇ ਵੀ ਮੰਨਣ ਵਾਲੀ ਗੱਲ ਹੈ ਚਾਹੇ ਕੋਈ ਮੰਨੇ ਚਾਹੇ ਨਾ ਬਹੁਤੇ ਸ਼ਾਹਾਂ ਦੇ ਬਹੁਤ ਅਮੀਰਾਂ ਦੇ ਬੱਚੇ ਨਹੀਂਗੇ ਉਹ ਨਿੱਜੀ ਸਕੂਲਾਂ ਵਿੱਚ ਜਿੱਥੇ ਸਾਲ ਦੀ ਫੀਸ ਲੱਖਾਂ ਦੇ ਵਿੱਚ ਹੈ ਜਿੱਥੇ ਮਹੀਨਿਆਂ ਦੀ ਫੀਸ ਹਜ਼ਾਰਾਂ ਦੇ ਵਿੱਚ ਹੈ ਇਸ ਵੇਲੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹੀ ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਬੱਚੇ ਪੜ੍ਹਦੇ ਆ ਹੋ ਸਕਦਾ 2-4 ਇੱਕਾ ਤੁਕਾ ਉਹ ਵੀ ਹੁਣ ਪਰ ਜ਼ਿਆਦਾਤਰ ਉਹੋ ਬੱਚੇ ਨਹੀਂ ਹੁਣ ਆਪਣੇ ਸਾਧਨ ਦੇ ਪ੍ਰਬੰਧ ਕਰਕੇ ਕਿੱਦਾਂ ਜਾਣਾ ਕਿਉਂ ਨਹੀਂ ਵਿਚਾਰਾਂ ਕੀਤੀਆਂ ਜਾਂਦੀਆਂ ਜਦੋਂ ਕੋਈ ਪ੍ਰਤੀਯੋਗਤਾ ਦੇ ਟੈਸਟ ਲੈ ਜਾਂਦੇ ਨੇ ਕੋਈ ਬੈਂਕਾਂ ਦਾ ਟੈਸਟ ਹੁੰਦਾ ਹੈ ਕਰੀ UGC ਦਾ ਟੈਸਟ ਆਗੇ ਜਾਂ ਹੋਰ ਕਈ ਟੈਸਟ ਹੁੰਦੇ ਨੇ ਵਿਦਿਆਰਥੀਆਂ ਦਾ ਸੈਂਟਰ ਬਠਿੰਡੇ ਵਾਲੇ ਜਲੰਧਰ ਪੇਪਰ ਦੇਣ ਆਏ ਹੁੰਦੇ ਆ ਜਲੰਧਰ ਵਾਲਿਆਂ ਨੂੰ ਸੰਗਰੂਰ ਭੇਜਿਆ ਹੁੰਦਾ ਹੁਸ਼ਿਆਰਪੁਰ ਨਾਲੇ ਕਦੀ ਕਿਤੇ ਭੇਜੇ ਹੁੰਦੇ ਕੋਈ ਪਠਾਨਗੋਟ ਭੇਜਿਆ ਹੁੰਦਾ ਇਹ ਕਿਉਂ ਐਦਾਂ ਕੀਤਾ ਜਾਂਦਾ ਪੇਪਰ ਜਿਸ ਜ਼ਿਲ੍ਹੇ ਦੇ ਵਿੱਚ ਹੈਗਾ ਕਿਉਂ ਨਹੀਂ ਉੱਥੇ ਹੀ ਬਣਾਇਆ ਜਾਂਦਾ ਸੈਂਟਰ ਤੇ ਉੱਥੋਂ ਦੇ ਬੱਚਿਆਂ ਨੂੰ ਕਿਉਂ ਨਹੀਂ ਹੁੰਦਾ ਜੇਕਰ ਦੂਜੇ ਜ਼ਿਲ੍ਹੇ ਦੇ ਬੱਚੇ ਉੱਥੇ ਆ ਸਕਦੇ ਨੇ ਤੇ ਆਪਣੇ ਜ਼ਿਲ੍ਹੇ ਦੇ ਬੱਚੇ ਉੱਥੇ ਪੇਪਰ ਕਿਉਂ ਨਹੀਂ ਦਿੰਦੇ ਅਸੀਂ ਕਈ ਵਾਰ ਦੇਖਿਆ ਜਲੰਧਰ ਤੋਂ ਜਦੋਂ ਪੇਪਰ ਕਲੀਅਰ ਕਰਕੇ ਬੱਚੇ ਜਾਂਦੇ ਆ ਤਾਂ ਐਨ ਬੱਸ ਪ੍ਰਾਈਵੇਟ ਭਰੀ ਹੁੰਦੀ ਐ ਉੱਪਰਲੇ ਪਾਸੇ ਵੀ ਬੱਚੇ ਤੰਨ ਕੇ ਬੈਠੇ ਹੁੰਦੇ ਨੇ ਸਾਰੀਆਂ ਚੀਜ਼ਾਂ ਹੈਗੀਆਂ ਕਿਸੇ ਦਿਨ ਸਹਾਨੀਆਂ ਜ਼ਰੂਰ ਕਰਾਂਗੇ ਕਿਸੇ ਦਾ ਧਿਆਨ ਨਹੀਂ ਜਾਂਦਾ ਉੱਧਰ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਿਉਂ ਹੁੰਦਾ ਜਦੋਂ ਜੁਜੀਸੀ ਦਾ ਪੇਪਰ ਹੁੰਦਾ ਤਾਂ ਦੇਖੇ ਜਾ ਸਕਦੇ ਬੱਚੇ ਬੱਥਾਂ ਦੇ ਵਿੱਚ ਲੰਮਕਦੇ ਉਹੀ ਬਸਾਂ 'ਚ ਜਦੋਂ ਕਿਤੇ ਹਾਦਸਾ ਵਾਪਰ ਜਾਂਦਾ ਇਹ ਕਹਿਣਗੇ ਜੀ ਅਸੀਂ ਤਾਂ 52 ਤੋਂ ਵੱਧ ਸੀਟਾਂ ਕਿਹਾ ਹੀ ਨਹੀਂ ਸੀ ਬੱਚਿਆਂ ਨੂੰ ਬੈਠਣ ਲਈ ਚੜਨ ਨੂੰ ਤਾਂ ਵੀ ਨਿੱਜੀ ਬਸਾਂ ਦੇ ਵਿੱਚੀ ਉਸ ਦਿਨ ਤਨ ਤਨ ਕੇ ਬੱਚੇ ਚੜੇ ਹੁੰਦੇ ਆ ਬੱਚੇ ਤੇ ਇਹ ਤਾਂ ਫਿਰ ਵੀ ਸਕੂਲ ਦੇ ਵਿਦਿਆਰਥੀ ਸੀ ਧਿਆਨ ਦੇਣਾ ਚਾਹੀਦਾ ਇੱਧਰ ਮਸਲਾ ਇਹ ਵੀ ਗੰਭੀਰ ਹੈ ਅਜੇ ਥੋੜੇ ਕਿ ਦਿਨ ਹੈਗੇ ਆ ਪੇਪਰਾਂ ਦੇ ਵਿੱਚ 13 ਫਰਵਰੀ ਨੂੰ ਬੱਚਿਆਂ ਦੇ ਪੇਪਰਾਂ ਦੀ ਸ਼ੁਰੂਆਤ ਹੋਣੀ ਹੈ ਮਾਨਸਿਕ ਤੌਰ ਤੇ ਬੱਚੇ ਪਰੇਸ਼ਾਨ ਹੋਣਗੇ ਸਵੇਰੇ ਉੱਠ ਕੇ ਤਿਆਰ ਹੋਣ ਦੇ ਨਾਲ ਨਾਲ ਇਹ ਸੋਚਣਗੇ ਕਿ ਅਸੀਂ ਜਾਣਾ ਕਿੱਦਾਂ ਬੱਸ ਮਿਲਣੀ ਕਿ ਨਹੀਂ ਮਿਲਣੀ ਜੇਕਰ ਮਿਲ ਗਈ ਟਾਈਮ ਤੇ ਪਹੁੰਚਣਾ ਕਿ ਨਹੀਂ ਪਹੁੰਚਣਾ ਬੱਸ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣੇ ਰਸਤੇ 'ਚ ਕੋਈ ਘਟਨਾ ਦਾ ਵਾਪਰ ਜੇ ਸਾਰਾ ਕੁਝ ਬੱਚਿਆਂ ਦੇ ਮਨ 'ਚ ਚੱਲਦਾ ਹੋਣਾ ਮਾਪਿਆਂ ਦੇ ਮਨ 'ਚ ਚੱਲਦਾ ਹੋਣਾ ਉਸ ਦਿਨ ਜੇਕਰ ਕਿਸ ਨੇ ਦੇਈ ਵੀ ਮਿੱਠੇ ਵਾਲਾ ਖੁਲਾਣਾ ਤਾਂ ਉਹ ਵੀ ਮੂੰਹ 'ਚ ਚਮਚਾ ਪਾਉਣ ਨੂੰ ਕਿਸੇ ਅੱਧੇ ਬੱਚੇ ਹੋ ਸਕਦਾ ਪੇਪਰ ਨਾ ਦੇਣ ਤੇ ਕਰਦੇ ਕੀ ਪਏ ਇੱਥੇ ਲੰਬਾ ਸਮਾਂ ਹੋ ਗਿਆ ਇਸ ਤਰ੍ਹਾਂ ਪ੍ਰਤੀਯੋਗਤਾ ਵਾਲਾ ਟੈਸਟ ਹੋਵੇ ਚਾਹੇ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਸਰਕਾਰਾਂ ਨੂੰ ਚਾਹੀਦਾ ਇੱਧਰ ਧਿਆਨ ਦੇਣਾ ਨਹੀਂ ਤਾਂ ਬੱਚੇ ਤਾਂ ਪੇਪਰ ਦੇਣ ਜਾਂਦੇ ਹੀ ਐ ਠੀਕ ਹੈ ਉਹਨਾਂ ਦੇ ਪੇਪਰ ਪਾਉਣੇ ਐ ਪਰ ਅੱਧੇ ਤੋਂ ਵੱਧ ਬੱਚੇ ਹੋ ਸਕਦਾ ਕਿ ਪੇਪਰ ਪਾਉਣ ਉੱਥੇ ਨਾ ਵੀ ਜਾਣ ਅੱਗੇ ਵੱਧਦੇ ਆ ਗੱਲ ਕਰਨੀ ਆ ਝਾਰਖੰਡ ਦੀ ਝਾਰਖੰਡ ਨੂੰ ਵੀ ਨਵੇਂ ਮੁੱਖ ਮੰਤਰੀ ਮਿਲ ਗਏ ਨੇ ਹੁਣ ਝਾਰਖੰਡ ਟਾਈਗਰ ਦੇ ਨਾਂ ਨਾਲ ਮਸ਼ਹੂਰ ਹੈ ਜੰਬੇ ਸੁਰੇਨ ਹੋਰਾ ਨੂੰ ਉੱਥੇ ਦੇ ਮੁੱਖ ਮੰਤਰੀ ਚੁਣਿਆ ਗਿਆ। ਹਿਮੰਤ ਸੁਰੇਨ ਹੋਰਾ ਤੋਂ ਬਾਅਦ ਮੁੱਖ ਮੰਤਰੀ ਬਣਦੇ ਨੇ। ਹਿਮੰਤ ਤੇ ਸੁਰੇਨ ਹੋਰਾ ਦਾ ਕਿੱਸਾ ਵੀ ਵੱਖਰਾ ਹੈ। ਹੁਣ 9 ਬਾਰ ED ਨੇ ਸੰਮਣ ਭੇਜਿਆ। ਪਹੁੰਚੇ ਨਹੀਂ ਉਹ। ਪਹੁੰਚ ਕੇ ਜਲੀ ਗਏ ਨਹੀਂ। ED ਵਾਲੇ ਘਰ ਚਲ ਗਏ। ਕਹਿੰਦੇ 36 ਲੱਖ ਕੈਸ਼ ਬਰਾਮਦ ਹੋਇਆ। ਦਾਵਾ ਕੀਤਾ ਗਿਆ। ਇਲੈਕਟ੍ਰੋਨਿਕ ਸਮਾਨ, ਲੈਪਟਾਪ, ਹੋਰ ਵੀ ਕਈ ਚੀਜ਼ਾਂ ਸੀਗੀਆਂ ਜ਼ਬਤ ਕੀਤੀਆਂ। ਉਸ ਤੋਂ ਬਾਅਦ ਰਾਤੋਂ ਰਾਤ ਹੀ ਮੀਡੀਆ ਦਾ ਦੌਰ ਚੱਲਿਆ। ਕਿ ਅਗਲਾ ਮੁੱਖ ਮੰਤਰੀ ਕੈਨੂੰ ਬਣਾਇਆ ਜਾਵੇ ਪਹਿਲਾਂ ਤੇ ਚਰਚਾ ਸੀ ਕਿ ਉਹਨਾਂ ਦੀ ਧਰਮ ਪਤਨੀ ਹਿੰਮਤ ਸੁਰੇਨ ਹੁਰਾਂ ਦੀ ਧਰਮ ਪਤਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਜਾ ਸਕਦਾ ਪਰ ਅੰਦਰ ਅੰਦਰ ਹੀ ਜਦੋਂ ਬਗਾਵਤ ਸ਼ੁਰੂ ਹੋ ਗਈ ਤਾਂ ਫਿਰ ਸਭ ਤੋਂ ਕਰੀਬੀ ਉਹਨਾਂ ਦੇ ਚੰਪਈ ਸੁਰੇਨ ਨੇ ਉਹਨਾਂ ਨੂੰ ਚੁਣਿਆ ਹੁਣ ਚੰਪਈ ਉਹਨਾਂ ਦੇ ਜੇਕਰ ਜ਼ਿਕਰ ਕਰੀਏ ਸਧਾਰਨ ਪਰਿਵਾਰ ਵਿੱਚੋਂ ਪੇਂਡੂ ਪਰਿਵਾਰ ਦੇ ਵਿੱਚੋਂ ਕਿਸਾਨੀ ਪਰਿਵਾਰ ਦੇ ਵਿੱਚੋਂ ਆਏ ਨੇ ਅਜੇ ਤੱਕ ਵੀ ਮਮਤਾ ਬੇਨਰਜੀ ਦੀ ਤਰ੍ਹਾਂ ਹੀ ਉਹ ਸਿਆਸਤਦਾਨ ਨੇ ਜਿਹੜੇ ਚਪਲਾਂ ਪਾ ਕੇ ਜਿੱਥੇ ਜਾਂਦੇ ਚਲੇ ਜਾਂਦੇ ਨੇ ਕੋਈ ਨਹੀਂ ਦੇਖਦੇ ਕੱਪੜੇ ਜਿੱਦਾਂ ਦੇ ਮਰਜ਼ੀ ਹੁਣ ਕੋਈ ਚਿੰਤਾ ਨਹੀਂ ਕਹਿੰਦੇ ਮੈਂ ਜ਼ਮੀਨ ਤੋਂ ਉੱਠਿਆ ਕਹਿੰਦਾ ਮੈਂ ਕਿਸਾਨ ਦਾ ਪੁੱਤਰ ਆ ਜਦੋਂ ਸ਼ਿਭੂ ਸਰੇਨ ਹੁਰੇ ਹਮਤੋ ਸਰੇਨ ਹੁਰਾਂ ਦੇ ਪਿਤਾ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਲੰਬਾ ਸਮਾਂ ਜਦੋਂ ਬਿਹਾਰ ਤੋਂ ਝਾਰਖੰਡ ਕਹਿੰਦਾ ਸੀ ਅਸੀਂ ਅਲੱਗ ਹੋਣਾ ਤੇ ਉਸ ਵੇਲੇ ਇੱਕ ਅੰਦੋਲਨ ਦੀ ਸ਼ੁਰੂਆਤ ਹੁੰਦੀ ਹੈ ਉਸ ਅੰਦੋਲਨ ਦੇ ਵਿੱਚ ਚੰਪਈ ਸਰੇਨ ਹੁਰਾ ਨੇ ਸ਼ਿਭੂ ਸਰੇਨ ਹੁਰਾਂ ਦਾ ਡਟ ਕੇ ਸਾਥ ਦਿੱਤਾ ਤੇ ਕਿਹਾ ਜਾਂਦਾ ਕਿ ਸ਼ਿਭੂ ਸਰੇਨ ਹੁਰਾਂ ਨੂੰ ਇਹ ਗੁਰੂ ਜੀ ਕਹਿੰਦੇ ਆ ਹਣ ਵੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਮੁੱਖ ਮੰਤਰੀ ਬਣ ਗਏ ਅੱਜ ਸੌ ਚੁੱਕ ਲੈਣੀ ਹੈ ਉਹਨਾਂ ਨੇ ਚੁੱਕ ਲਈ ਹੁੰਨੀ ਹੈ ਵੈਸੇ ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਜਦੋਂ ਸੌ ਚੁੱਕਣੀਆਂ ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਮੈਂ ਗੁਰੂ ਜੀ ਦਾ ਧੰਨਵਾਦ ਕਰਦਾ ਕਿਉਂ ਕਿ ਉਹਨਾਂ ਦੇ ਕਰਕੇ ਹੀ ਸੱਤਾ ਦੇ ਵਿੱਚ ਆਇਆ ਹੁਣ ਸਧਾਰਨ ਪਰਿਵਾਰ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਇੱਥੇ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੁੰਦੀ ਹੈ 1972 ਦੇ ਵਿੱਚ ਪਹਿਲੀ ਵਾਰ ਜਦੋਂ ਸ਼ਿਬੂ ਸਰੇਨ ਹੋਰਾਂ ਦੇ ਨਾਲ ਇਹ ਮਿਲੇ ਸੀ ਤਾਂ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਪੈਰ ਰੱਖਿਆ ਕਿਸਾਨਾਂ ਦੇ ਅੰਦੋਲਨ ਦੇ ਵਿੱਚੋਂ ਨਿਕਲ ਕੇ ਕਾਰਖਣ ਸੁਭਾ ਬਣਾਉਣ ਦੀ ਮੰਗ ਨੂੰ ਲੈ ਕੇ ਤਾਂ ਇਹ ਉਦੋਂ ਦੇ 6 ਵਾਰ ਵਿਧਾਇਕ ਬਣ ਚੁੱਕੇ ਨੇ ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਕਿ ਸੋਰਨ ਪਰਿਵਾਰ ਦੇ ਬਿਲਕੁਲ ਇੱਕ ਨਜ਼ਦੀਕੀ ਸੀ ਕਿ ਇਸ ਕਰਕੇ ਇਹਨਾਂ ਨੂੰ ਹੁਣ ਮੁੱਖ ਮੰਤਰੀ ਦੇ ਰੂਪ ਤੇ ਵਿੱਚ ਉੱਥੇ ਚੁਣ ਲਿਆ ਗਿਆ ਤੇ ਜਿਹੜੀ ਸਿਆਸਤ ਚੱਲਦੀ ਪਈ ਹੈ ਉਹ ਆਉਂਦੇ ਦਿਨਾਂ ਨੂੰ ਹੋਰ ਵੀ ਕਮਾਲ ਦੀ ਹੋਣ ਵਾਲੀ ਹੈ ਕਿਹਾ ਜਾ ਰਿਹਾ ਹੈ ਕਿ ਕੁਰਸੀ ਹੋ ਸਕਦਾ ਇਹਨਾਂ ਦੇ ਕੋਲ ਕੋਸ਼ਿਸ਼ ਦਿਨ ਰਹੇ ਇਹ ਗੱਲ ਕਿਉਂ ਨਿਕਲ ਗਈ ਹੈ ਅਜੇ ਤੱਕ ਤਾਂ ਸੱਤਾ ਦੇ ਵਿੱਚ ਨਵੇਂ-ਨਵੇਂ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਕਿਉਂਕਿ ਵੈਸੇ ਦਾ 6 ਵਾਰ ਦੇ ਵਿਧਾਇਕ ਨੇ ਪਰ ਸਤਾ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਨਵੇਂ ਨੇ ਪਰ ਨਾਲ ਹੀ ਕਿਹਾ ਜਾ ਰਿਹਾ ਕਿ ਪਰਿਵਾਰ ਦੇ ਵਿੱਚ ਬਗਾਵਤ ਉੱਠ ਸਕਦੀ ਹੈ ਹੁਣ ਹਿੰਮਤ ਤੇ ਸਰੇਨ ਹੁਰਾ ਦੇ ਭਰਾ ਜਿਨ੍ਹਾਂ ਨੂੰ ਕਈ ਵਾਰ ਲੱਗਾ ਸੀ ਕਿ ਭਾਈ ਕੈਬਨਿਟ ਦੀ ਕੁਰਸੀ ਮਿਲੀ ਲਾਓ ਜੇ ਕੈਬਨਿਟ ਦਾ ਰੈਂਕ ਵੀ ਉਹਨਾਂ ਨੂੰ ਮਿਲਿਆ ਨਹੀਂ ਫਿਰ ਇਸ ਵਾਰ ਜਦੋਂ ਨਵੀਂ ਸਰਕਾਰ ਹੁਣ ਬਣੀ ਹੈ ਤੇ ਲੱਗਦਾ ਸੀ ਕਿ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਪਰ ਨਹੀਂ ਬਣੇ ਹਿੰਮਤ ਤੇ ਸਰੇਨ ਹੁਰਾ ਦੇ ਭਾਬੀ ਹੁਣ ਉਹ ਵੀ ਜਦੋਂ ਲੱਗਦਾ ਪਿਆ ਕਿ ਰਿਸ਼ਤੇ ਬਹੁਤੇ ਵਧੀਆ ਨਹੀਂ ਹੋ ਰਹੇ ਸਿਆਸੀ ਤੌਰ ਤੇ ਤਾਂ ਉਹ ਵੀ ਹੋ ਸਕਦਾ ਬਗਾਵਤ ਕਰ ਦੇਣ ਚਰਚਾ ਚੱਲਦੀ ਪਈ ਆ ਇਹਨਾਂ ਦੀ ਪਾਰਟੀ ਦੇ ਕੁਝ ਕ ਵਿਧਾਇਕਾਂ ਨੂੰ ਅਲੱਗ ਰੱਖਿਆ ਗਿਆ ਵੈਸੇ ਜੇ ਜਦੋਂ ਜਹਾਜ਼ ਚੱਲੇ ਸੀਗੇ ਤੇ ਉੱਥੇ ਧੁੰਦ ਪੈ ਗਈ ਤੇ ਜਹਾਜ਼ ਉੱਡਿਆ ਹੀ ਨਹੀਂ ਗੱਡੀਆਂ ਰਾਹੀਂ ਲੈ ਕੇ ਗਏ ਹੁਣ ਅੱਜ ਖਬਰ ਆਈ ਹੈ ਕਿ ਇਹਨਾਂ ਦੀ ਪਾਰਟੀ ਦੇ ਕੁਝ ਕ ਵਿਧਾਇਕਾਂ ਨੂੰ ਪੁੱਛਿਆ ਕਿ ਤੁਸੀਂ ਚੱਲੇ ਕਿੱਥੇ ਆ ਤੇ ਉਹ ਅੱਗੋਂ ਕਹਿੰਦੇ ਬਰੀਆਨੀ ਖਾਣ ਚੱਲੇ ਆ ਬਰੀਆਨੀ ਦਾ ਪ੍ਰਬੰਧ ਹੀ ਨਾ ਨ ਰੱਖਿਆ ਨਹੀਂ ਤੇ ਹੁਣ ਇੱਕ ਬਹੁਤ ਵੱਡੀ ਰਾਜਨੀਤਿਕ ਪਾਰਟੀ ਨਾਲ ਤਾਰਾਂ ਵੀ ਜੁੜਦੀਆਂ ਦਿਖਾਈ ਦੇ ਰਹੀਆਂ ਨੇ ਹੋ ਸਕਦਾ ਹੈ ਕਿ ਸਿਆਸੀ ਪਲਟੀ ਉੱਥੇ ਵੱਜ ਜਵੇ ਇਹ ਵੀ ਹੋ ਸਕਦਾ ਹੈ ਕਿ ਭਾਜਪਾ ਚੁਸਤੀ ਨਾਲ ਕੰਮ ਕਰਕੇ ਕਿਤੇ ਜੋੜ ਤੋੜ ਕਰਕੇ ਕੁੰਡੀਆਂ ਪਾ ਕੇ ਬੰਦੇ ਇੱਧਰ ਲਿਆ ਕੇ ਸਰਕਾਰ ਉੱਥੇ ਬਣਾਣਾਂ ਲਵੇ ਹੋ ਸਕਦਾ ਇਸ ਤਰ੍ਹਾਂ ਦੇ ਹਾਲਾਤ ਵੀ ਬਣ ਜਾਣ ਪਰ ਇਹਨਾਂ ਜ਼ਰੂਰ ਹੈ ਹਾਲਾਤ ਬਣ ਚਾਹੇ ਨਾ ਮੁੱਖ ਮੰਤਰੀ ਦੀ ਕੁਰਸੀ ਤੇ ਇਸ ਵੇਲੇ ਨਵੇਂ ਚਿਹਰਾ ਬੈਠ ਚੁੱਕਿਆ ਦੇਖਦੇ ਆ ਕਿ ਸੂਬੇ ਦੇ ਵਿਕਾਸ ਨੂੰ ਕਿੱਦਾਂ ਅੱਗੇ ਵੱਲ ਲੈ ਕੇ ਜਾਂਦੇ ਨੇ ਗੱਲ ਜੇਕਰ ਕਾਂਗਰਸ ਦੀ ਕਰੀਏ ਤਾਂ ਇਸ ਵੇਲੇ ਕਾਂਗਰਸ ਦੇ ਵਿੱਚ ਜਿਹੜਾ ਖਲਾਰਾ ਪਿਆ ਹੋਇਆ ਜਿਹਨੂੰ ਸਮੇਟਣਾ ਇਸ ਵੇਲੇ ਔਖਾ ਜਾਪਦਾ ਪਿਆ ਭਾਵੇਂ ਕਾਂਗਰਸ ਦੇ ਕਈ ਲੀਡਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਸਾਡੇ ਵਿਚਕਾਰ ਕੋਈ ਵੀ ਵਿਰੋਧ ਨਹੀਂ ਚੱਲਦਾ ਪਰ ਮੀਟਿੰਗਾਂ ਦਾ ਦੌਰ ਜਾਰੀ ਹੈ ਇੱਕ ਪਾਸੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦਵਿੰਦਰ যাদਬ ਨੇ ਉਹ ਵਕਫਾ ਕਹ ਹਲਕੇ ਜਾਂ ਕੇ ਮੀਟਿੰਗ ਕਰ ਰਹੇ ਨੇ ਨਾਲ ਦੀ ਨਾਲ ਲੋਕ ਸਭਾ ਦਾ ਚਿਹਰਾ ਵੀ ਤਰਾਸ਼ਿਆ ਜਾ ਰਿਹਾ ਹੈ ਕੋਈ ਮਿਲਦਾ ਨਹੀਂ ਪਿਆ ਅਜ ਤੱਕ ਪਰ ਇਹਨਾਂ ਜ਼ਰੂਰ ਹੈ ਕਿ ਇਸ ਵੇਲੇ ਸਿਆਸਤਦਾਨ ਵੱਖਰੀਆਂ ਵੱਖਰੀਆਂ ਮੀਟਿੰਗਾਂ ਕਰ ਰਹੇ ਨੇ ਕਾਂਗਰਸ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਿੱਧੂ ਸਾਹਿਬ ਨਹੀਂ ਪਹੁੰਚਦੇ ਹੁਣ ਪਤਾ ਲੱਗਿਆ ਕਿ ਸਿੱਧੂ ਸਾਹਿਬ ਦੇ ਕਈ ਹੋਰ ਵੀ ਸਾਥੀ ਨੇ ਕਰੀਬੀ ਜਿਹੜੇ ਮੀਟਿੰਗਾਂ ਦੇ ਵਿੱਚ ਪਹੁੰਚ ਨਹੀਂ ਰਹੇ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਪੋਸਟ ਮੀਟਿੰਗ ਦੇ ਵਿੱਚ ਕਾਂਗਰਸ ਦੇ ਸਾਬਕਾ ਚਾਰ ਪ੍ਰਧਾਨ ਸ਼ਾਮਲ ਹੋਏ ਹੁਣ ਉਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਲੱਗ ਕਿਉਂ ਨੇ ਕਿਹਾ ਇਹ ਜਾ ਰਿਹਾ ਇਹ ਕਹਿੰਦੇ ਸਾਨੂੰ ਅਧਿਕਾਰਿਕ ਤੌਰ ਤੇ ਪੰਜਾਬ ਕਾਂਗਰਸ ਦੀ ਮੀਟਿੰਗ ਜਿਹੜੀ ਹੁੰਦੀ ਉਹਦੇ ਚ ਬੁਲਾਇਆ ਨਹੀਂ ਜਾ ਰਿਹਾ ਲੀਡਰ ਸਿਨੀਅਰ ਨੇ ਤੇ ਸੀਨੀਅਰ ਨੂੰ ਕਿਉਂ ਨਹੀਂ ਬੁਲਾਇਆ ਜਾ ਰਿਹਾ ਕਿ ਵਾਕਈ ਗੱਲ ਸਹੀ ਹੈ ਹੋ ਸਕਦਾ ਹੋਵੇ ਪਿਛਲੇ ਦਿਨਾਂ ਦੇ ਦੌਰਾਨ ਵੀ ਜਦੋਂ ਬੋਰਡ ਤੇ ਤਸਵੀਰਾਂ ਲਾਉਣ ਨੂੰ ਲੈ ਕੇ ਗੱਲ ਚੱਲੀ ਸੀ ਤਾਂ ਉਸ ਵੇਲੇ ਵੀ ਇਹ ਗੱਲ ਨਿਕਲੀ ਸੀ ਕਿ ਸਾਨੂੰ ਬੁਲਾਇਆ ਨਹੀਂ ਜਾ ਰਿਹਾ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਨੇ ਚਾਹੇ ਮਹਿੰਦਰ ਸਿੰਘ ਕੇਪੀ ਹੋਣ ਚਾਹੇ ਸ਼ਮਸ਼ੇਰ ਸਿੰਘ ਦੁੱਲੋ ਹੋਣ ਚਾਹੇ ਇਹਦੇ ਵਿੱਚ ਪੰਜਾਬ ਕਾਂਗਰਸ ਸਾਬਕਾ ਪ੍ਰਧਾਨ ਲਾਲ ਸਿੰਘ ਹੋਣ ਤੇ ਚਰਚਾ ਤੇ ਇਹ ਵੀ ਚੱਲਦੀ ਹੈ ਕਿ ਬੀਬੀ ਰਜਿੰਦਰ ਕੌਰ ਭੱਠਲ ਵੀ ਉੱਥੇ ਮੌਜੂਦ ਸੀਗੇ ਕੋਈ ਕਹਿੰਦੇ ਜੀ ਇੱਕ ਤਸਵੀਰ ਦੇ ਵਿੱਚ ਭੱਠਲ ਸਾਹਿਬ ਹੈਗੇ ਪੁਰਾਣੀ ਸੀਗੀ ਕੋਈ ਕਹਿੰਦੇ ਜੀ ਹੈਗੇ ਤਾਂ ਦੂਜੀ ਵਿੱਚ ਵੀ ਸੀਗੇ ਇਹ ਵੀ ਹੋ ਸਕਦਾ ਹੈ ਕਿ ਤਸਵੀਰ ਭੱਠਲ ਸਾਹਿਬ ਨੇ ਖਿੱਚੀ ਹੋਵੇ ਕੁਝ ਵੀ ਹੋ ਸਕਦਾ ਪਰ ਇਹਨਾਂ ਜ਼ਰੂਰ ਹੈ ਕਿ ਇਸ ਵੇਲੇ ਪੰਜਾਬ ਕਾਂਗਰਸ ਦੀ ਮੀਟਿੰਗ ਚੱਲਦੀ ਹੈ ਲੀਡਰ ਵੱਖੋ ਵੱਖਰੇ ਨੇ ਭਾਵੇਂ ਕਈ ਪਰਦੇ ਪਾਉਣ ਦੀ ਕੋ ਹਰ ਹੈ ਲੱਗਦਾ ਪਿਆ ਇੱਥੇ ਅਸੀਂ ਮੈਂਟਿਕਲੀ ਅ ਪੰਜਾਬ ਕਾਂਗਰਸ ਦੇ ਲੀਡਰ ਨੇ ਪ੍ਰਗਟ ਸਿੰਘ ਉਹਨਾਂ ਨੂੰ ਸੁਣਨਾ ਕਿ ਉਹਨਾਂ ਨੇ ਕੀ ਕਿ ਕਹੋ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਪਰ ਕਿਉਂ ਕਿਹਾ ਆਓ ਦੇਖਦੇ ਹਾਂ ਕਾਂਗਰਸ ਜੋ ਹੈ ਉਹ ਬਿਲਕੁਲ ਤਕੜੀ ਪਾਰਟੀ ਹੈ ਕੋਈ ਐਸੀ ਬਾਤ ਨਹੀਂ ਮੈਂ ਤਾਂ ਜਹਾਂ ਤਿੰਨ ਸਟੇਟਾਂ ਨੂੰ ਜਾ ਕੇ ਆਇਆ ਹਾਂ ਮੈਂ ਉਸ ਦੀ ਬਾਤ ਆਪਕੋ ਬਤਾ ਰਹਾ ਹੂੰ ਕਿ ਰਾਜਸਥਾਨ ਮੇਂ ਅਗਰ ਅਚੀ ਤਰ੍ਹਾਂ ਹਮ ਲੜਦੇ ਹੈ ਇਵਨ ਗੁਜਰਾਤ ਮੇਂ ਅਚੀ ਤਰ੍ਹਾਂ ਲੜਦੇ ਹੈ ਤੋ ਹਮਾਰੀ 5-6 ਸੀਟੇ ਗੁਜਰਾਤ ਸੇ ਆ ਸਕਤੀ ਹੈ तो मेरा ख्याल है कि कोई ऐसी बात नहीं है घबराने की क्योंकि ये आपको याद होगा कि जब जब वाजपेयी की सरकार थी तब इंडिया शाइनिंग का एक बहुत स्लोगन आपने सुना होगा तो ऐसे स्लोगन जो है ये मार्केटिंग स्टाइल है और कुछ नहीं है क्योंकि सिर्फ देखो देखो डेमोक्रेसी के जो पिलर्स हैं उनको अपनी जगह काम करना चाहिए मेरी तो आप लोगों की रिक्वेस्ट है जितने हाउसेस हैं कि आप जरूर डेमोक्रेसी को बचाने के लिए क्योंकि आपका भी उतना हिस्सा है रातर आपका बहुत बड़ा हिस्सा है शायद हर चीज को तीनों जो पिलर है जो जो भी काम करते हैं उनको लोगों में लेके जाना मेरा ख्याल आपकी जिम्मेवारी प्रगट सिंह सुने जिस हिसाब ने कहा कि साडे किसी तरह की कोई भी एदा इदा गड़बड़ी नहीं गी ਪਰੇ ਮੀਟਿੰਗਾਂ ਅਲੱਗ-ਅਲੱਗ ਕਿਉਂ ਹੋ ਰਹੀਆਂ ਨੇ ਸਵਾਲ ਤਾਂ ਇਹ ਵੀ ਖੜੇ ਹੋਈ ਰਹੇ ਨਾ ਪ੍ਰੋਗਰਾਮ ਨੇ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜੁਰ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤੇ ਟਿੱਪਣੀ ਜੁਰ ਸਾਂਝੀ ਕਰਿਓ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਇੱਕ ਤਰ੍ਹਾਂ ਪ੍ਰਾਈਮੇਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ